ભગવંતમાન ਹੋਣ ਦੇ ਨਾਲ ਕਿਹੋ ਜੀਆਂ ਗੱਲਾਂ ਹੋਈਆਂ ਲੱਗਦਾ ਸੀ ਵੀ ਭਾਈ ਉਹ ਇਸ ਮੁਕਾਮ ਤੇ ਹੋਣਗੇ ਭਗਵੰਤਮਾਨ ਜੀ ਬੈਠੇ ਤੇ ਮੈਂ ਤੇ ਕਾਕੇਸ਼ਾ ਗਏ ਤੇ ਉਹ ਕਹਿੰਦੇ ਯਾਰ ਆ ਬਾਹਰ ਕੱਢੋ ਬਾਹਰ ਕੱਢੋ ਇਹ ਕੋਣਾ ਜਦੋਂ ਤੁਹਾਡੇ ਤੇ ਔਫਾ ਸਮਾਂ ਆਇਆ ਫਿਰ ਤੁਹਾਨੂੰ ਕਿਸੇ ਨੇ ਮੌਕਾ ਦਿੱਤਾ ਵੀ ਚੱਲ ਚੱਜ ਦੀ ਫਿਲਮਾਂ ਦੇ ਵਿੱਚ ਕੰਮ ਕਰਾਉਣੀ ਇਹ ਲਾਰੇ ਲੱਗਦੇ ਰਹੇ ਜੀ ਵੈਸੇ ਤਾਂ ਟੀਵੀ ਚਨਲਾਂ ਦੇ ਉੱਤੇ ਕਾਮੇਡੀ ਦੇ ਨਵੇਂ ਪ੍ਰੋਗਰਾਮ ਸ਼ੁਰੂ ਹੁੰਦੇ ਆ ਤੁਸੀਂ ਕਿਉਂ ਨਹੀਂ ਟਰਾਈ ਕੀਤਾ ਨਾਲ ਦਾ ਜਿਹੜਾ ਮੇਰੇ ਸਾਥੀ ਸੀਗਾ ਉਹਦੀ ਵਜ੍ਹਾ ਨਾਲ ਮੈਂ ਉੱਥੇ ਨਹੀਂ ਪਹੁੰਚਿਆ ਉਹਨਾਂ ਨੇ ਮੈਨੂੰ ਸਿਲੈਕਟ ਕਰ ਲਿਆ ਸੀ ਫੋਨ ਮੇਰਾ ਸਾਥੀ ਕੋ ਹੁੰਦਾ ਸੀ ਕੋਈ ਉਹਨੇ ਕੋਈ ਇਦਾਂ ਦੀ ਗੱਲ ਕਹਿ ਦਿੱਤੀ ਸਾਥੀ ਕਾਕੇ ਸਾਹ ਹਾਂ ਬਿਲਕੁਲ ਫਿਰ ਉਸ ਤੋਂ ਬਾਅਦ ਮੈਂ ਨਹੀਂ ਖੜਾ ਹੋ ਸਕਿਆ ਤੁਸੀਂ ਇਹ ਮੰਨਦੇ ਹੋ ਕਿ ਅੱਜ ਦੇ ਦੌਰ ਦੇ ਵਿੱਚ ਜਿਹੜੀ ਕਾਮੇਡੀ ਹੈ ਉਹ ਦੋ ਅਰਥੀ ਜੀ ਹੋਗੀ ਹੁਣ ਮੇਰਾ ਆਪਣਾ ਚੈਨਲ ਆ ਜੋ ਮੇਰੇ ਅੰਦਰ ਹੈਗੀ ਪੜਾਉ ਉਹ ਸਾਰੀ ਮੈਂ ਕੱਢੂੰਗਾ ਲੋਕਾਂ ਨੂੰ ਹਸਾਉਣ ਵਾਲਾ ਬੰਦਾ ਅੰਦਰੋਂ ਬਹੁਤ ਕੱਲਾ ਹੁੰਦਾ ਓਟੂ ਸ਼ਾ ਵੀ ਅੰਦਰੋਂ ਕੱਲਾ रो रो के टाइम बहुत ज्यादा कड़िया जज का विचार ਸਤਿ ਸ਼੍ਰੀ ਅਕਾਲ ਜੀ ਪ੍ਰਾਈਮੇਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚਾਹੀਦਾ ਵਿਚਾਰ ਵੇਖ ਰਹੇ ਹੋ ਤੁਸੀਂ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਲਗਾਤਾਰ ਤੁਹਾਨੂੰ ਬਰਕਰਾਰ ਰੱਖਦੇ ਹੋਏ ਸਾਡੇ ਦੋਵਾਂ ਦੇ ਨਾਲ ਅੱਜ ਫਿਰ ਤੋਂ ਮੌਜੂਦ ਨੇ ਜੀ ਪੋਟੂ ਸ਼ਾਹ ਜੀ ਸੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਵੀਜੀ ਪ੍ਰੋਗਰਾਮ ਤੁਹਾਡਾ ਵੀ ਫਿਰ ਇੱਕ ਵਾਰੀ ਸਵਾਗਤ ਆ ਥੈਂਕ ਯੂ ਜੀ ਬਹੁਤ-ਬਹੁਤ ਤੁਹਾਡਾ ਵੀ ਸਵਾਗਤ ਪਹਿਲੀ ਕਿਸ਼ਤ ਦੇ ਵਿੱਚ ਗੱਲਾਂ ਸੁਣ ਕੇ ਬੜਾ ਚੰਗਾ ਲੱਗਾ ਜੀ ਮੇਰਾ ਖਿਆਲ ਹੈ ਵੀ ਸਾਡੇ ਪਰਿਵਾਰਕ ਮੈਂਬਰਾਂ ਨੇ ਜਿੰਨੀਆਂ ਟਿੱਪਣੀਆਂ ਕਰਨੀਆਂ ਜਾਂ ਤੇ ਅਸੀਂ ਚਾਹੁੰਦੇ ਵੀ ਜਿਹੜਾ ਵੀ ਬੰਦਾ ਸੰਘਰਸ਼ ਕਰਦਾ ਭਾਵੇਂ ਉਹ ਕਿਸੇ ਵੀ ਖੇਤਰ ਦੇ ਵਿੱਚ ਹੈ ਉਹਨੂੰ ਜ਼ਿੰਦਗੀ ਦੇ ਵਿੱਚ ਮਕਾਮ ਜ਼ਰੂਰ ਮਿਲਣਾ ਚਾਹੀਦਾ ਤੇ ਮਿਲਦਾ ਵੀ ਹੈ ਜੀ ਬਿਲਕੁਲ ਉਹ ਉਹਨੂੰ ਸੰਭਾਲ ਸਕਿਆ ਜਾਂ ਸਕਦਾ ਜਾਂ ਨਹੀਂ ਸਕਦਾ ਇਹ ਬਾਅਦ ਦੀ ਗੱਲ ਹੈ ਬਾਅਦ ਦੀ ਗੱਲ ਪਰ ਇੱਕ ਵਾਰ ਕੁਦਰਤ ਮੌਕਾ ਸਭ ਨੂੰ ਦਿੰਦੀ ਹੈ ਬਿਲਕੁਲ ਜੀ ਕਿਸੇ ਨੂੰ ਦੇਰ ਤੇ ਕਿਸੇ ਨੂੰ ਸਵੇਰ ਬਿਲਕੁਲ ਤੁਹਾਨੂੰ ਮੌਕਾ ਮਿਲਿਆ ਭੋਟੂ ਬਾਈ ਜੀ ਜੀ ਜਿਵੇਂ ਆਪਾਂ ਪਹਿਲੀ ਕਿਸ਼ਤੇ ਦੇ ਵਿੱਚ ਗੱਲ ਕੀਤੀ ਫਿਰ ਉਹ ਖੁੱਸ ਗਿਆ ਜੀ ਪਰ ਕਦੇ-ਕਦੇ ਇਸ ਗੱਲ ਦਾ ਅਫਸੋਸ ਹੁੰਦਾ ਵੀ ਯਾਰ ਉਸ ਵੇਲੇ ਤੂਤੀ ਇਉਂ ਬੋਲਦੀ ਰਹੀ ਉਸ ਵੇਲੇ ਸ਼ੋਅ ਇਉਂ ਮਿਲਦੇ ਰਹੇ ਲੋਕ ਰੁਪਈਏ ਪਰਦੇ ਰਹੇ ਇਹ ਪੋਟੂ ਸ਼ਾ ਸਾਡੇ ਵਿਆਹ ਦੇ ਵਿੱਚ ਆਉਣਾ ਚਾਹੀਦਾ ਜੀ ਅਫਸੋਸ ਹੁੰਦਾ ਕਿ ਨਹੀਂ ਬਿਲਕੁਲ ਜੀ ਇਹ ਹੈ ਮੈਂ ਜ਼ਿਆਦਾਤਰ ਅਕਸਰ ਦੱਸਦਾ ਹਾਂ ਕੋਈ ਮੈਨੂੰ ਐਡੀ ਪੈਸੇ ਦੀ ਤੇ ਭੁੱਖ ਨਹੀਂ ਰਹੀ ਅੱਜ ਵੀ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਪਰ ਪੈਸਾ ਉਦੋਂ ਚੰਗਾ ਕਮਾਇਆ ਬਿਲਕੁਲ ਜੀ ਮਾਲਕ ਦੀ ਕਿਰਪਾ ਰਹੀ ਹੈ ਕੰਪਨੀਆਂ ਨੇ ਐਲਬਮਾਂ ਦਾ ਬਹੁਤ ਪੈਸਾ ਦਿੱਤਾ ਉਦੋਂ ਰਿਆ ਪਰ ਪੈਸੇ ਦੀ ਨਾ ਤਾਂ ਉਦੋਂ ਕੀ ਭੁੱਖ ਰਹੀ ਇੱਕ ਜਨੂਨ ਇੱਕ ਸ਼ੌਂਕ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਮੈਨੂੰ ਆਪ ਬੜਾ ਸਕੂਨ ਮਿਲਦਾ ਮੈਂ ਜਦੋਂ ਕਿਸੇ ਨੂੰ ਹਸਾਉਣਾ ਗੱਲ ਪੈਸੇ ਦੀ ਨਹੀਂ ਹੈ ਪੈਸੇ ਦੀ ਗੱਲ ਹੁੰਦੀ ਤੇ ਮੈਂ ਤਾਂ ਮੁੰਤਾ ਕਰਕੇ ਸ਼ਾਇਦ ਕਿਤੇ ਹੋਰ ਵੀ ਪਹੁੰਚੇ ਹੁੰਦੇ ਐਡੀ ਕੋਈ ਪੈਸੇ ਦੀ ਗੱਲ ਨਹੀਂ ਹੈ ਮੈਨੂੰ ਪਿਆਰ ਦਾ ਮੈਂ ਬਹੁਤ ਭੁੱਖਾ ਜੇ ਮੈਨੂੰ ਕਿਸੇ ਨੇ ਪਿਆਰ ਨਾਲ ਕਹਿਤਾ ਪੋਟੂਸ਼ਾ ਫਲਾਣੀ ਥਾਂ ਹੀ ਤਾਂ ਮੈਂ ਜਾ ਨਾ ਪਾਵਾਂ ਫਿਰ ਉਹ 100 ਮੀਲ ਹੋਵੇ ਹੂੰ ਤਾਂ ਜੇ ਕੋ ਕਵੇ ਯਾਰ ਆ ਪੈਸੇ ਫੜ ਤਾਂ ਮੇਰਾ ਗੁਲਾਮ ਹੋ ਜਾ ਮੈਂ ਗੁਲਾਮ ਨਹੀਂ ਹੋ ਸਕਦਾ ਹਾਂ ਆਇਆ ਫੜ ਯਾਰ ਤੂੰ ਐ ਕਰਨਾ ਐ ਕਰਨਾ ਸਾਡੇ ਮੁਤਾਬਕ ਮੈਂ ਕਿਸੇ ਮੁਤਾਬਕ ਨਹੀਂ ਚੱਲ ਸਕਦਾ ਮੈਂ ਆਪਣੀ ਰੂਹ ਦਾ ਆਪ ਮਾਲਕ ਹਾਂ ਜੋ ਮੈਨੂੰ ਚੰਗਾ ਲੱਗਦਾ ਮੈਂ ਉਹ ਹੀ ਕਰਦਾ ਪਰ ਅਸਲ 'ਚ ਲੋਕਾਂ ਨੂੰ ਹਸਾਉਣਾ ਕਿੰਨਾ ਔਖਾ ਹੈ ਅਹ ਦੇਖੋ ਜੀ ਅੱਜ ਦੇ ਟਾਈਮ 'ਚ ਬਹੁਤ ਔਖਾ ਹੂੰ ਕਿਉਂਕਿ ਲਗਜ਼ਰੀ ਲਾਈਫਾਂ ਦੇ ਜਿਹੜੇ ਅਸੀਂ ਪੰਗੇ ਲੈ ਬੈਠੇ ਆਂ ਦੇਖੋ ਦੇਖੀ ਜਿਹੜਾ ਆਪਣਾ ਤਾਮਜੰਮ ਵਧਾ ਬੈਠੇ ਆਂ ਉਹਨਾਂ ਸਾਨੂੰ ਮੈਨੇਜ ਕਰਨਾ ਬਹੁਤ ਔਖਾ ਹੋਇਆ ਹੂੰ ਇਸ ਕਰਕੇ ਮੈਂ ਕਹਿਣਾ ਹੁੰਦਾ ਵੀ ਜਿੰਨੀ ਇੱਕ ਸਾਡੀ ਚਾਦਰ ਆ ਉਹਨੇ ਕੀ ਪੈਰ ਪਸਾਰੋ ਮੈਂ ਹਮੇਸ਼ਾ ਇਦਾਂ ਹੀ ਰਿਆ ਔਰ ਮੈਂ ਪਹਿਲਾਂ ਵੀ ਸਾਈਕਲਾਂ ਤੇ ਪੈਦਲ ਘੁੰਮਦਾ ਰਿਆ ਔਰ ਜਦੋਂ ਸਮਾਂ ਮਾੜਾ ਆਇਆ ਉਦੋਂ ਵੀ ਮੈਂ ਰਕਸ਼ਿਆਂ ਦੀ ਛੱਤ ਪਾ ਪਾ ਕੇ ਸ਼ੂਟਿੰਗਾਂ ਤੇ ਜਾਂਦਾ ਰਿਆ ਰਕਸ਼ੇ ਵਾਲੇ ਨੇ ਕਿਹਾ ਬਾਜੀ ਨਾ ਤਾਂ ਮੈਂ ਹੀ ਪੈਂਦਾ ਨਾ ਧੁੱਪ ਪੈਂਦੀ ਆ ਕਿਹਾ ਤੂੰ ਪਾ ਦੇ ਯਾਰ ਛੱਤ ਕੋਈ ਗੱਲ ਨਹੀਂ ਸੋ ਮੋਟਰਸਾਈਕਲਾਂ ਤੇ ਸਾਈਕਲਾਂ ਤੇ ਆਟੋਆਂ ਤੇ ਅੱਜ ਵੀ ਬੱਸਾਂ 'ਚ ਔਰ ਮੈਂ ਪੈਦਲ ਵੀ ਘੁੰਮ ਲੈਣਾ ਅੱਜ ਵੀ ਘੁੰਮ ਲੈਣਾ ਪੈਦਲ ਕੋਈ ਗੱਲ ਨਹੀਂ ਕਿਉਂਕਿ ਅਸੀਂ ਪਹਿਲਾਂ ਵੀ ਫਰੇ ਹੋਇਆ ਇਹ ਬੰਦੇ ਨੂੰ ਉਹ ੱਖਾ ਹੁੰਦਾ ਜਿਹੜਾ ਰਿਚਨਸ ਦੇ ਵਿੱਚੋਂ ਵੀ ਮੇਰੇ ਮਾਪੇ ਬੜੇ ਅਮੀਰ ਸੀ ਅਸੀਂ ਜ਼ਮੀਨਾਂ ਜਾਇਆਂ ਤਾਂ ਲਈ ਸੀ ਉਹਨਾਂ ਨੂੰ ਥੋੜੀ ਮੁਸ਼ਕਲ ਹੁੰਦੀ ਆ ਅਸੀਂ ਤੇ ਗਰਾਊਂਡ ਫਲੋਰ ਤੋਂ ਸਟਾਰਟ ਹੋਏ ਆ ਤੇ ਫਿਰ ਦੁਬਾਰਾ ਆਣਾ ਪੈ ਜੇ ਤਾਂ ਵੀ ਕੋਈ ਗੱਲ ਨਹੀਂ ਪਰ ਤੁਸੀਂ ਇਹ ਮੰਨਦੇ ਹੋ ਕਿ ਅੱਜ ਦੇ ਦੌਰ ਦੇ ਵਿੱਚ ਜਿਹੜੀ ਕਾਮੇਡੀ ਹੈ ਉਹ ਦੋ ਅਰਥੀ ਜੀ ਹੋ ਗਈ ਪਹਿਲਾਂ ਸਾਫ ਸੁਥਰੀ ਸੀ ਤੁਸੀਂ ਵੀ ਪੈਰੋਡੀ ਕਰਦੇ ਰਹੇ ਹੋ ਅੱਜ ਕੱਲ੍ਹ ਕੁਝ ਥਾਵਾਂ ਤੇ ਦੋ ਅਰਥੀ ਜੀਆਂ ਗੱਲਾਂ ਪਤਾ ਨਹੀਂ ਕਾਹਤੋਂ ਕੁਸਪੈਠ ਕਰ ਗਈਆਂ ਬਿਲਕੁਲ ਜੀ ਇਹ ਹੈ ਆ ਜਿਹੜਾ ਨੈਟ ਦਾ ਦੌਰ ਆਇਆ ਪਹਿਲਾਂ ਥੋੜਾ ਜਿਹਾ ਚੈਨਲ ਇਸ ਗੱਲ ਤੇ ਰੋਕ ਲਾਉਂਦੇ ਸੀਗੇ ਹੁਣ ਨੈਟ ਦਾ ਜਿਹੜਾ ਦੌਰ ਆ ਹਰ ਬੰਦਾ ਆਪਣਾ ਚੈਨਲ ਖੋਲੀ ਬੈਠਾ ਕਿਤੋਂ ਕੋ ਗਾਲਾਂ ਕੱਢੀ ਜਾਵੇ ਜੋ ਮਰਜ਼ੀ ਕਰ ਜੀ ਪਹੁੰਚ ਰਿਹਾ ਪਰ ਮੈਨੂੰ ਵੀ ਕਿਸੇ ਨੇ ਸਵਾਲ ਕੀਤਾ ਸੀ ਕਿ ਭੋਟੂ ਸ਼ਾ ਦੇਖ ਯਾਰ ਕਮੇਡੀ ਅੱਗ ਲੱਗੀ ਪਈ ਆ ਤੂੰ ਦੁਆਰਾ ਐਂਟਰੀ ਕਰਨੀ ਕੋਈ ਬ੍ਰੈਗਲਟੀ ਕਰ ਫਲਾਂਣ ਕਰ ਟਿਮਕਾਨ ਕਰ ਟੀਆਰਪੀ ਵਧੂਗੀ ਸਬਸਕ੍ਰਾਈਬਰ ਵਧਣ ਗਈਏ ਇਹ ਬਾਹਰ ਦੇਖੋ ਅੱਗ ਲੱਗੀ ਪਈ ਆ ਤਾਂ ਮੈਂ ਉਹਨੂੰ ਇਹ ਕਿਹਾ ਸੀ ਮੈਂ ਕਿਹਾ ਕਾਕਾ ਗੱਲ ਸੁਣ ਲੈ ਮੇਰੀ ਤੂੰ ਤਾਂ ਕਹਿਣਾ ਅੱਗ ਲੱਗੀ ਪਈ ਆ ਪਰ ਜਦ ਮੈਂ ਕਿਆਉਣ ਵਾਲੇ ਟਾਈਮ ਚ ਇਤਿਹਾਸ ਚ ਨਾਂ ਲਿਖਿਆ ਜਾਊਗਾ ਸਾਡਾ ਨਾਂ ਅੱਗ ਬੁਝਾਉਣ ਵਾਲਿਆਂ ਚ ਆਊਗਾ ਲਾਉਣ ਵਾਲਿਆਂ ਚ ਨਹੀਂ ਹੂੰ ਇਸ ਗੱਲ ਦਾ ਧਿਆਨ ਰੱਖੀ ਨਾਲੇ ਸਾਨੂੰ ਸਾਫ ਸੁਥਰੀ ਕਮੇਡੀ ਨੇ ਪੰਜਾਬੀਆਂ ਨਾਲ ਨਵਾਜਿਆ ਉਹਨਾਂ ਨੇ ਸਾਨੂੰ ਸਾਫ ਸੁਥਰੀ ਕਮੇਡੀ ਨਾਲ ਨਵਾਜਿਆ ਤੇ ਸਾਨੂੰ ਕੀ ਲੋੜ ਹੈ ਬਰਕਲਟੀ ਕਰਨ ਦੀ ਜੇ ਮੇਰੇ ਆਪਣਾ ਕੇਲੇ ਚੰਗੇ ਵਿਕਦੇ ਆ ਤੇ ਮੈਨੂੰ ਗਲੇ ਲਿਆਉਣ ਦੀ ਕੀ ਲੋੜ ਹੈ ਜੇ ਮੈਂ ਫਰੂਟ ਸਾਫ ਸੁਥਰਾ ਵੇਚ ਰਿਹਾ ਔਰ ਵਿਗਦਾ ਪਿਆ ਵਾ ਤੇ ਮੈਨੂੰ ਕੀ ਲੋੜ ਹੈ ਗਲਾ ਫਰੂਟ ਲਿਆ ਕੇ ਮੈਂ ਖਰੀਦਣ ਵਾਲਿਆਂ ਨੂੰ ਬਿਮਾਰ ਕਰਾਂ ਕਿਉਂ ਜੀ ਸਹੀ ਉਹ ਜਿਹੜੀ ਇਹ ਗੰਦੀ ਕਾਮੇਡੀ ਆ ਜਾਂ ਡਬਲ ਮੀਨਿੰਗ ਗੀਤ ਨੇ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਕੋਈ ਮਿਆਰ ਬਹੁਤਾ ਨਹੀਂ ਹੁੰਦਾ ਉਦੋਂ ਲੋਕੀ ਜ਼ਰੂਰ ਹੀ ਹੀ ਹਾਹਾ ਕਰ ਲੈਂਦੇ ਆ ਪਿੱਠ ਪਿੱਛੇ ਫਿਰ ਗੱਲਾਂ ਵੀ ਜ਼ਰੂਰ ਕਰਦੇ ਆ ਯਾਰ ਕੋਈ ਡਾ ਵਧੀਆ ਨਹੀਂ ਸੀ ਨਾ ਹੁਣ ਸਾਡੀ ਕਾਮੇਡੀ ਆ ਤੁਸੀਂ ਬੱਚਿਆਂ ਚ ਬਹਿ ਕੇ ਸੁਣ ਲਓ ਫੈਮਲੀ ਚ ਬਹਿ ਕੇ ਪੰਜਾਬ ਦੇ ਤਿੰਨ ਚਾਰ ਕਾਮੇਡੀਅਨ ਇਦਾਂ ਦੇ ਆ ਜਿਨ੍ਹਾਂ ਨੇ ਬਹੁਤ ਸਾਫ਼ ਸੁਥਰੀ ਕਾਮੇਡੀ ਕੀਤੀ ਆ ਉਹ ਲੋਕਾਂ ਨੂੰ ਉਡੀਕ ਹੁੰਦੀ ਸੀ ਕੀ ਅੱਜ ਉਹ ਅੱਜ ਉਸੇ ਮਕਾਮ ਤੇ ਖੜੇ ਜੀ ਉਹ ਉਹ ਬਰਗਲਟੀ ਨਹੀਂ ਗੱਟ ਸਮੇ ਮਾੜੇ ਚੰਗੇ ਆਉਂਦੇ ਜਾਂਦੇ ਆ ਆਵਾਮ ਤੁਹਾਡੇ ਨਾਲ ਹੋਣੀ ਚਾਹੀਦੀ ਸਹੀ ਮੈਨੂੰ ਕੁਛ ਇਸ ਗੱਲ ਦੀ ਆ ਕਿ ਪੰਜਾਬੀ ਦਰਸ਼ਕ ਪੰਜਾਬੀ ਆਵਾਮ ਅੱਜ ਵੀ ਮੇਰੇ ਨਾਲ ਖੜੀ ਹੈ ਮਾ ਜਦ ਵੀ 에ਰਪੋਰਟਾਂ ਤੇ ਉਤਰਦਾ ਉਥੇ ਦੇ ਜਿਹੜੇ ਐਮਪਲਾਈ ਪੰਜਾਬੀ ਲੱਗੇ ਹੋਏ ਆ ਕੋਈ ਵੀ ਕੰਟਰੀ ਹੋਵੇ 포ਟੂਸ਼ ਆ ਗਿਆ 포ਟੂਸ਼ ਆ ਗਿਆ ਕਿਤੇ ਮਾੜੀ ਗੱਲ ਇਥੋਂ ਮਹਿਸੂਸ ਹੁੰਦਾ ਕਿ ਕਿਸੇ ਟਾਈਮ ਦੇ ਵਿੱਚ ਮੈਂ ਆਪਣੇ ਪੰਜਾਬੀ ਦਰਸ਼ਕਾਂ ਨੂੰ ਚੰਗੀ ਕਮੇਡੀ ਦਿੱਤੀ ਹੋਈ ਚੰਗਾ ਚੰਗਾ ਕੋ ਬੂਟਾ ਲਾਇਆ ਹੈ ਜਿਹਦੀ ਸ਼ਾਮ ਹੈ ਹਜੇ ਤੱਕ ਮਾੜ ਰਹੇ ਆ ਬਹੁਤ ਖੂਬ 포ਟੂਸ਼ ਆ ਗਰੀਬੀ ਦੇ ਵਿੱਚ ਪੜ ਰਿਆ ਤੇ ਸਾਈਕਲ ਦੀਆਂ ਟੱਲੀਆਂ ਵਜਾਉਂਦਾ ਵਜਾਉਂਦਾ ਅੱਗੇ ਜਾ ਰਿਹਾ ਫਿਰ ਉਹਦਾ ਕਮੇਡੀ ਜਗਤ ਦੇ ਵਿੱਚ ਨਾ ਹੋਣ ਲੱਗ ਜਾਂਦਾ ਫਿਰ ਉਹਨੇ ਪਹਿਲੀ ਕਾਰ ਲੈ ਲਈ ਜੀ ਉਹ ਜਿਹੜਾ ਕਾਰ ਬੰਦਾ ਕੋਈ ਵੀ ਲੈਂਦਾ ਜਾਂ ਸਾਈਕਲ ਤੋਂ ਸਕੂਟਰ ਤੇ ਉਹਨਾਂ ਸਕੂਟਰ ਤੋਂ ਕਾਰ ਤੇ ਆਉਂਦਾ ਜੀ ਕਿਰਾਏ ਵਾਲੇ ਘਰ ਤੋਂ ਆਪਣੇ ਘਰ ਚ ਆਉਂਦਾ ਜੀ ਨਿੱਕੇ ਘਰ ਤੋਂ ਵੱਡੇ ਚ ਹੁੰਦਾ ਬਸ ਤਾਂ ਦਿਲ ਵੱਡਾ ਰੱਖਣਾ ਚਾਹੀਦਾ ਜੀ ਕਮਰੇ ਤਾਂ ਚਲੋ ਬੰਦਿਆਂ ਦੇ ਮੁਤਾਬਕ ਹੀ ਹੁੰਦੇ ਆ ਜੀ ਸਹੀ ਪਰ ਉਹ ਫਿਰ ਜਿਹੜੀ ਕਾਰ ਦਾ ਜਾਂ ਘਰ ਦਾ ਜਾਂ ਪਹਿਲੇ ਦਾ ਉਹ ਗਰੀਬੀ ਤੋਂ ਨਿਕਲ ਕੇ ਆਪਣਾ ਲੈਣ ਦਾ ਚਾਹ ਕਿ ਹੋ ਜਾ ਸੀਗਾ ਮੈਂ ਕਹਾਂ ਜਿਆਦਾ ਅਸੀਂ ਮਨਮੋਹ ਭਾਜੀ ਨੇ ਮੇਰੀ ਜਦੋਂ ਗੱਲ ਕਰਾਈ ਕੇएमसी ਕੰਪਨੀ ਨਾਲ ਤੇ ਇੱਕ ਐਸਟੇਟੂ ਕੀ ਸਾਈਕਲ ਮਿੱਤਰਾਂ ਦੀ ਤਾਂ ਮੈਨੂੰ ਮਰੂਤੀ ਲੈ ਕੇ ਦਿੱਤੀ ਇੱਕ మారుਤੀ માં રાત નું કઈ ફર ના સੁੱતા પય ઉઠ કે બહાર દેખના ભી ખડી હે કે લે ગયા કોઈ હા આયે રાત નું 2 2 ક વાજ કે 2:30 ક વાજ જાને 3 વાજે કહના ચોરા ચારા ਦਾ ટાઈમ ਹੁੰਦਾ ਫੇ ਮੈਂ ਉઠ ਕੇ ਦੇਖਣਾ ਨਹੀਂ ਖੜੀ ચોરા ચારા ਦਾ ਟਾਈਮ ਹੁੰਦਾ ਨਹੀਂ ਵੀ કહના ਹੈਗੀ ਆ 우 ਕਾਰ ਜੀ ਇਨੀ ਕ ਚੱਲੀ 쇼 ઇਨੀ ਕ ਮਿਲੇ ਵੀ ਕદી ਜੰમੂ ਜਾ ਰਹੇ ਆ ਕદી ਇਧਰ ਸਰਦੂਲਗੜ ਨੂੰ ਜਾ ਰਹੇ ਆ ਕદી ਚੰਡੀਗੜ੍ਹ ਜਾ ਰਹੇ ਆ ਕદી ਦਿੱਲੀ ਜਾ ਰਹੇ ਆ ਮਰੂਤੀ ਤੇ ਚਾਵੜਾ ਜੀ ਔਰ 우 ਉਹਦਾ ਕਿਤੇ બેગ ਗੇਅਰ ਖਰਾਬ ਹੋ ਗਿਆ ਇਨੀ ਗੱਡੀ ਚੱਲ ਅੱਛਾ ਤੇ ਮੇਰੇ ਦੋਸਤ ਆ ਇੱਥੇ ਟੋਨੀ ਹੁਣੀ ਉਹ ਕਾਰਾਂ ਕੂਰਾਂ ਦਾ ਸੈਕੰਡ ਹੈਂਡ ਕੰਮ ਕਰਦੇ ਸੈਕੰਡ ਹੈਂਡ ਗੱਡੀਆਂ ਦਾ ਤੇ ਮੈਂ ਕਿਹਾ ਟੋਨੀ ਯਾਰ ਕਾਰ ਵੇਚਣੀ ਆ ਬੈਗ ਗਿਰ ਖਰਾਬ ਗਿਆ ਆ ਬਾਟੋ ਸ਼ਾ ਕੇ ਗੱਲ ਕਰਨਾ ਹੈ ਖਾੜੀ ਵੇਚ ਦੇਾਂਗੇ ਉਹਨੇ ਗੱਡੀ ਗੱਡੀ ਲੈ ਕੇ ਆਉ ਉਹਨੇ ਉਹਨੇ ਵੇਚ ਦੇਣੀ ਹੈ ਹੁਣੀ ਉਹ ਵੀ ਮੇਰੇ ਸਾਹਮਣੇ ਫੋਨ ਲਾਇਆ ਹੈਲੋ ਆ ਬਾਟੋ ਸ਼ਾ ਦੇ ਗੱਡੀ ਲਾਣੀ ਉਹ ਲੱਕੀ ਲਵਾ ਜਦੋਂ ਦੀ ਗੱਡੀ ਲਈ ਸਟਾਰ ਬਣ ਗਿਆ ਤੇ ਗੱਡੀ ਮੈਂ ਬਾਅਦ ਚ ਲਈ ਹੂੰ ਲੱਕੇ ਗੱਡੀ ਆ ਵੀਰ ਜੀ ਸਿਰਫ ਬੱਚੇ ਡੋਂਦੀ ਐ ਸਕੂਲ ਤੋਂ ਘਰ ਘਰੋਂ ਸਕੂਲ ਨਵੇਂ ਗੱਡੀ ਆਂਡਾ ਪੀਸ ਮਰੂਤੀ ਦੇ ਆ ਗਏ ਬਿਰਜੀ ਕਾੜੀ ਗੱਲ ਨਵੀਂ ਗੱਡੀ ਪਾਰਟੀ ਚੱਦ ਲੈਣਾ ਕੀ ਤੇ ਟੋਨੀ ਹੁਣੀ ਕਹਿੰਦੇ ਵਾ ਤੂੰ ਸਾਈਡ ਤੇ ਬਹਿ ਜਾ ਉਹ ਜਦ ਪਾਰਟੀ ਕਾਰ ਦੇ ਵਿੱਚ ਬੈਠੀ ਤਾਂ ਉਹ ਬੈਗ ਗੇਅਰ ਲਾਣ ਲੱਗੀ ਤੇ ਟੋਨੀ ਦੇ ਦਿਮਾਗ ਵਿੱਚ ਭੂਟੂ ਕਹਿੰਦਾ ਸੀ ਬੈਗ ਗੇਅਰ ਖਰਾਬ ਆ ਲੋ ਜੀ ਉਹ ਟੋਨੀ ਨੇ ਉੱਪਰ ਹੱਥ ਰੱਖ ਕੇ ਮੋਹਰ ਲਾਤਾ ਕਹਿੰਦਾ ਵੀਰ ਜੀ ਤਰਾਕੀ ਕਰਨੀ ਇਹਦਾ ਗੈਰ ਅੱਗੇ ਨੂੰ ਲਈ ਦਾਂ। ਸੋ ਉਹ ਜਿਹੜੀ ਗੱਡੀ ਸੀ ਇਦਾਂ ਹੀ ਵੇਚਣੀ। ਹਾਂ ਉਹ ਟੋਨੀ ਹੁਣਾਂ ਕੋ ਅਕਸਰ ਜਦੋਂ ਆਉਣਾ ਕਸਟਮਰਾਂ ਨੇ ਸੈਕੰਡ ਹੈਂਡ ਗੱਡੀਆਂ ਲੈਣਾ ਤਾਂ ਸਾਹਮਣੇ ਇੱਕ ਚਾਹਲੇ ਦਾ ਭਈਏ ਦਾ ਖੋਖਾ ਹੁੰਦਾ ਸੀ। ਰਵਾਸੀ ਕੰਮ ਇਹਦਾ। ਤੇ ਉਹਨਾਂ ਨੇ ਗੱਡੀ ਦੀ ਡੀਲ ਹੋਈ ਜਾਣੀ ਤੇ ਨਾਲ ਹੀ ਟੋਨੀ ਹੁਣਾਂ ਨੇ ਸਾਹਮਣੇ ਚੌਟਾ ਦੋ ਚਾਹ ਵੈਜਿਓ ਐ। ਉਹ ਜੀ ਗੱਲਾਂ ਗੱਲਾਂ ਹੋਈ ਜਾਣੀਆਂ ਚਾਹ ਨਹੀਂ ਹੋਣੀਆਂ। ਤੇ ਸਾਨੂੰ ਕਹਿਣਾ ਇਹਦਾ ਖੋਖਾ ਚੁਕਾ ਦੇਣਾ ਹੈ ਬਸ ਇਹਦਾ ਖੋਖਾ ਉਹ ਕੋਕਾ ਉਹਨੇ ਦਾ ਚੁਕਾ ਦੇਣ ਇਸ ਤਰ੍ਹਾਂ ਖਰਾਬ ਕਰਤੇ ਉਹਨੂੰ ਸਵੇਰੇ ਕਹਿ ਦੇਣਾ ਤੈ ਚਾਹ ਨਹੀਂ ਕੱਲਣੀ ਹਾਂ ਇਹ ਚਾਹ ਘੱਲੀ ਦਾ ਤੇਰੇ ਜੁਮੇ ਆ ਮੈਂ ਪੈਸੇ ਨਹੀਂ ਦੇਣੇ ਉਹ ਚਾ ਉਹ ਹੀ ਖੋਖਾ ਚੁਕਾ ਦੇਣਾ ਮੈਂ ਇੱਕ ਦਿਨ ਕਿਹਾ ਮੈਂ ਕਿਹਾ ਟੋਨੀ ਯਾਰ 6ਵੀਂ ਗੱਡੀ ਤੁਹਾਡੇ ਕੋਲ ਲੈਣ ਲੱਗੇ ਖੋਖਾ ਹਜੇ ਵੀ ਉੱਥੇ ਹੀ ਸੋ ਇਸ ਤਰ੍ਹਾਂ ਦੇ ਕਰੈਕਟਰ ਜਿਹੜੇ ਆ ਬਹੁਤ ਸਾਰੇ ਆਮ ਜ਼ਿੰਦਗੀ ਵਿੱਚ ਮੈਨੂੰ ਬੜੇ ਮਿਲੇ ਆ ਬਹੁਤ ਸਾਰੇ ਹੁਣ ਤੁਸੀਂ ਆਪਣਾ ਗੱਡੀ ਵੇਚ ਕੇ ਚੱਲ ਜਾਓ ਜਨਾਬ ਗੱਡੀ ਵੇਚਣੀ ਨਹੀਂ ਇਹ ਤੇ ਵੀਰ ਜੀ ਕੋੜਾ ਗੱਡੀ ਹੈ ਇਹ ਤੇ ਡੈਮੇਜ ਹੋ ਚੁੱਕੀ ਹੈ ਬੰਦ ਹੋ ਚੁੱਕੀ ਹੈ ਕੰਪਨੀ ਇਹ ਗੱਡੀ ਉਹਨੂੰ ਵੇਚ ਦੋ ਵੀਰ ਅਗਰ ਤੁਸੀਂ 2-3 ਮਹੀਨੇ ਰੁੱਕੇ ਵੇਚੂਗੇ ਫਿਰ ਤੁਹਾਨੂੰ ਤੋਲ ਕੇ ਵੇਚਣੀ ਪੈਣੀ ਹੈ ਮੁਰ ਕੇ ਉਹੀ ਗੱਡੀ ਐਨ ਸ਼ਿੰਗਾਰ ਕੇ ਨਾ ਧੋ ਤਾ ਆ ਕੇ ਖੜਾ ਦੇਣੀ ਤੇ ਬੰਦੇ ਉਹੀ ਗੱਡੀ ਲੈਣ ਆ ਰਹੇ ਆ ਆ ਲੈਂਸਰ ਲੈਣੀ ਸੀ ਲੈਂਸਰ ਤੇ ਵੀਰ ਜੀ ਮਿਲਦੀ ਨਹੀਂ ਐਡੀ ਡਿਮਾਂਡ ਹੈ ਕੰਪਨੀ ਨੇ ਬਦਾਨੀ ਕੀ ਦਿਮਾਗ ਚਾ ਗੱਡੀ ਬੰਦ ਕਰਤੀ ਐਡਾ ਬੜਾ ਖੋਤੇ ਜਿਹੜਾ ਇੰਜ ਨੇ ਆ ਅੱਬਾ ਪਰਸੋ ਬੱਚਿਆਂ ਦੀ ਟੈਂਪੋ ਟ੍ਰੈਵਲ ਫਸ ਗਈ ਐਦੇ ਮਗਰ ਬੰਨ ਕੇ ਖੇਚੀ ਬਾਈ ਜੀ ਕੰਪਨੀ ਨੂੰ ਪਤਾ ਨਹੀਂ ਕੀ ਹੋ ਗਿਆ ਬੰਦ ਕਰਤੀ ਸੋਨਾ ਗੱਡੀ ਲੈ ਜਾ ਤੇ ਮਗਰੋਂ ਛੋਟੇ ਭਾਈ ਨੇ ਉਹਨਾਂ ਦੇ ਨੇ ਫੋਨ ਕਰਨਾ ਪਿੱਛੋਂ ਉਹਨੇ ਪਿੱਛੇ ਲੁਕਿਆ ਆਣਾ ਬੋਰੀਆਂ ਚ ਹੈਲੋ ਲੈਨਸਰ ਆ ਗਈ ਆ ਦੇਖੋ ਕੀ ਡੀਮਾਂਡ ਸਪੀਕਰ ਤੇ ਲਾ ਕੇ ਐ ਦੇਖੋ ਲੈਨਸਰ ਮਗਰੇ ਆ ਪਾਰਟੀ ਆਈਏ ਮਿਰ ਜੀ ਐ ਨਹੀਂ ਲਓਗੇ ਬਈ ਤੁਸੀਂ ਲੈ ਲਿਓ ਆਪ ਹੀ ਫੋਨ ਕਰੀ ਜਾਣੇ ਅਦੀ ਗੱਲ ਉਹ ਕੀ ਡਿਮਾੜ ਉਹ ਗੱਡੀ ਜਿਹੜਾ ਲੈਣਾ ਗਿਆ ਦੇ ਕੇ ਤੋਰਨੀ ਹਾਂ ਜਿਉਂ ਤੁਸੀਂ ਗੱਡੀ ਦੇਣ ਗਿਆ ਤਾਂ ਮੋੜੀ ਮੋਟੀਆਂ ਚੀਟਾਂ ਤੇ ਲੱਗੀਆਂ ਹੁੰਦੀਆਂ ਮਾਰਕੀਟਿੰਗ ਹੈ ਹਾਂ ਚੀਟਾਂ ਤੇ ਲੱਗੀਆਂ ਹੁੰਦੀਆਂ ਥੋੜੀਆਂ ਬਹੁਤ ਤੇ ਬੰਦਾ ਜਦੋਂ ਗੱਡੀ ਦੇਣ ਗਿਆ ਚੀਟਾਂ ਲੱਗੀਆਂ ਥੋੜੀਆਂ ਉਹ ਫੈਂਟਡ ਡੈਮੇਜ ਹੈ ਬਾਰੀ ਵੀ ਡੈਮੇਜ ਹੈ ਚੀਟਾਂ ਨੂੰ ਡੈਮੇਜ ਕੀਤਾ ਜਾਣਾ ਇਹ ਬਾਰੀ ਵੀ ਡੈਮੇਜ ਹੈ ਫੈਂਟਰ ਵੀ ਡੈਮੇਜ ਹੈ ਬੋਨਰ ਡੈਮੇਜ ਵੀਰ ਦੀ ਗੱਡੀ ਹੈ ਤਾਂ ਇਦਾਂ ਮੜ ਕੇ ਉਂਈ ਤੋ ਆ ਕੇ ਖੜੀ ਕਰ ਦੇਣੀ ਜਦ ਕਿਸੇ ਨੇ ਲੈਣ ਆਣਾ ਭਈ ਇਹ ਚੀਟ ਟਲ ਗਿਆ ਵੀਰ ਜੇ ਚੱਲਦੇ ਗੱਡੇ ਦੇ ਰਹੇ ਖੜੀ ਥੋੜਾ ਦੇ ਰਹੇ ਇਹਨਾਂ ਨੂੰ ਹਾਂ ਉਹ ਲੋਕਾਂ ਨੂੰ ਤਾਂ ਚਲਾਨੀ ਆ ਨਹੀਂ ਆਉਂਦੀ ਇੱਧਰ ਗੱਡੀ ਤਾਂ ਥੋੜਾ ਕਜ਼ੂਰ ਗੱਡੀ ਦੇ ਅੰਡਾ ਪੀਸੇ ਅੰਡਾ ਵੀਰ ਗੱਡੀ ਆੜਾ ਪੀਸੇ ਚੱਕਰ ਲੋਤੀ ਸੋ ਇਸ ਤਰ੍ਹਾਂ ਦੇ ਕੈਰੈਕਟਰ ਜਿਹੜੇ ਆ ਜਿਹੜੇ ਪ੍ਰੋਪਰਟੀ ਵਾਲੇ ਕਈ ਸੱਜਣ ਵੀ ਐ ਕਰਦੇ ਹਨ ਜਿਹੜਾ ਪਲਾਟ ਵੇਚਣਾ ਹੋਵੇ ਉਹ ਕਹਣਗੇ ਬਾਈ ਜਮੀਨ ਦੇ ਰੇਟ ਬਹੁਤ ਘਟ ਗਏ ਆ ਪਲਾਟ ਤਾਂ ਸ਼ੇਰ ਮੂਹਾਂ ਬਾਂਦਰ ਮੂਹਾਂ ਪਤਾ ਨਹੀਂ ਕੀ ਕੀ ਕਹਿੰਦੇ ਹੈ ਕਈ ਤਰ੍ਹਾਂ ਦੇ ਮੂੰਹ ਬਣਾ ਲੈਂਦੇ ਕਈ ਤਰ੍ਹਾਂ ਦੇ ਮੂਹਾਂ ਬਾਂਦਰ ਮੂਹਾਂ ਜਿਹੜਾ ਫਰੀਦ ਨੂੰ ਉਹਨੇ ਕਹੀ ਜਾਣਗੇ ਇਹ ਬੜਾ ਲੱਕੀ ਜੇ ਕਿਤੇ ਦੋ ਸਾਈਡਾਂ ਤੋਂ ਇਹਨੂੰ ਪੈਂਦੀ ਹੈ ਸੜਕ ਸਾਨੂੰ ਆ ਜਿਆਦਾ ਸੀ ਘਰ ਲਿਆ ਦੀਪਨਗਰ ਅਸੀਂ ਘਰ ਲਿਆ ਤੇ ਬਿਲਕੁਲ ਸਾਨੂੰ ਦੱਸੀ ਜਾ ਰਿਹਾ ਖਾਲੀ ਇਥੋਂ ਬਾਈ ਸੜਕ ਨਿਕਲਣੀ ਆ ਨਾਲ ਦੇਖੋ ਟੂ ਸਾਈਡ ਪਲਾਟ ਹੋ ਗਿਆ ਤੁਹਾਡਾ ਆ ਦੇਖੋ ਸੜਕ ਨਿਕਲਣੀ ਜਿਆਦਾ ਹੀ ਰਜਿਸਟਰੀ ਕਰਾ ਲਈ ਕਰਕੋਰ ਦੇ ਅੰਦਰ ਐਂਟਰੀ ਕਰ ਲਈ ਤਾਂ ਦੂਜੇ ਦਿਨ ਉੱਥੇ ਘਰ ਬਣਾਉਣਾ ਸ਼ੁਰੂ ਕਰ ਹਾਂ ਨਾਲ ਕੋਠੀ ਸ਼ੁਰੂ ਹੋ ਗਈ ਮੈਂ ਕਿਹਾ ਬਾਈ ਇਤੋਂ ਸੜਕ ਨਿਕਲਣੀ ਸੀ ਨਹੀਂ ਕਹਿੰਦਾ ਹੁਣ ਸੜਕ ਦਾ ਖਿਆਲ ਹੀ ਨਿਕਲ ਗਿਆ ਜੀ ਹੁਣ ਤਾਂ ਬਸ ਅਸੀਂ ਐ ਐ ਇਸ ਤਰ੍ਹਾਂ ਕੰਮ ਹੁੰਦੇ ਸਰ ਬਾਈ ਜੇ ਕੋਈ ਰੰਗ ਪੇਸ਼ ਹੋਵੇ ਫਿਰ ਉਹ ਨਾ ਜਿਹੜਾ ਕੋਈ ਪੈਰੋਡੀ ਗੀਤ ਵਾਲਾ ਜਾਂ ਕੋਈ ਹੋਰ ਜਿਹੜਾ ਉਮੜਦਾ ਹੋਵੇ ਵੀ ਭਾਈ ਆ ਨਵੀਂ ਤਾਜ਼ੀ ਗੱਲ ਆ ਆ ਦੇਖੋ ਜੀ ਇਹ ਜਿਹੜੀ ਤੁਸੀਂ ਮੈਨੂੰ ਗੱਲ ਦੱਸਦੇ ਆ ਗੀਤਾਂ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਈ ਵਾਰੀ ਖੜੇ ਟੈਂਟ ਸਿਚੁਏਸ਼ਨ ਇਦਾਂ ਦੀ ਆ ਜਾਂਦੀ ਆ ਉਦੋਂ ਹੁਣ ਕਾਮੇਡੀਅਨ ਨੂੰ ਲੋਕੀ ਸਮਝਦੇ ਵੀ ਜਿਹੜੀ ਗੱਲ ਅਸੀਂ ਆਏ ਪੁੱਛਣੀ ਹੈ ਨਾ ਆਏ ਜਵਾਬ ਆ ਜਾਣਾ ਜਿਵੇਂ ਇਹਦੇ ਅੰਦਰ ਜਵਾਬ ਦੇਣ ਵਾਲਾ ਕੰਪਿਊਟਰ ਲੱਗਾ ਹੋਇਆ ਹਾਂ ਮੈਂ ਤੁਹਾਨੂੰ ਬੋਲੀਆਂ ਸੁਣਾਉਣਾ ਇੱਕ ਬੰਦਾ ਸਾਡੇ ਨਾਲ ਸਟੇਜ ਤੇ ਸੀ ਕਹਿੰਦਾ ਭਾਈ ਹੁਣ ਮਸਲਾ ਇਹ ਆ ਵੀ ਮੈਂ ਪਾਉਣੀ ਆ ਪੰਜਾਬੀ ਚ ਬੋਲੀ ਤੇ ਤਾਹ ਆਉਦਾ ਨਾ ਗੀਤ ਬਣਾਉਣਾ ਹਿੰਦੀ ਗੀਤ ਬਣਾਉਣਾ ਹੋ ਗਿਆ ਮਸਲਾ ਖੜਾ ਮੈਂ ਕਹਾ ਤੂੰ ਪਾ ਬਾਈ ਫਿਰ ਕੋਈ ਗੱਲ ਨਹੀਂ ਲੋ ਜ ਉਹਨੇ ਬੋਲੀ ਪਈ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਜੀ ਖਟ ਖਟ ਕੇ ਲਿਆਂਦੀ ਟਾਈ ਮੈਂ ਕਹ ਲੈ ਸੁਣ ਲੈ ਉਹ ਜਲੇਬੀ ਬਾਈ ਤੂੰ ਕਿੱਥੋਂ ਆਈ ਮੈਂ ਹੋਇਆ ਛਦਾਈ ਮੈਂ ਕਹੋਂ ਮੋਰੀ ਪਾ ਇਹਨਾਂ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਜੀ ਖਟ ਖਟ ਕੇ ਲਿਆਂਦੇ ਛੋਲੇ ਮੈਂ ਕਹ ਲੈ ਸੁਣ ਜੱਬ ਵੀ ਕੋਈ ਲੜਕੀ ਦੇਖੂ ਮੇਰਾ ਦਿਲ دیਵਾਨਾ ਬੋਲੇ ਓਲੇ 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 ਫੇਰ ਉਹਨੇ ਬੋਲੀ ਪਾਈ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਜੀ ਖੜਖੜ ਕੇ ਲਿਆਂਦੇ ਕੀ ਏ ਮੈਂ ਕਹਿੰਦਾ ਸੁਣ ਮੁੰਨੀ ਬਦਨਾਮ ਹੋਈ ਡਾਰਲਿੰਗ ਤੇਰੇ ਲਈ ਮੁੰਨੀ ਬਦਨਾਮ ਹੋਈ ਡਾਰਲਿੰਗ ਤੇਰੇ ਲਈ ਉਹਨੇ ਫੇਰ ਬੋਲੀ ਪਾਈ ਬਾਰੀ ਬਰਸੀ ਖਟਣ ਗਿਆ ਜੀ ਖੜਖੜ ਕੇ ਲਿਆਂਦੀਆਂ ਛੱਲੀਆਂ ਮੈਂ ਕਿਹਾ ਛਲੀਆਂ ਤੇਰੀ ਗਲੀਆਂ ਹੋ ਗਲੀਆਂ ਤੇਰੀ ਗਲੀਆਂ ਉਹਨੇ ਫੇਰ ਬੋਲੀ ਭਾਈ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਜੀ ਖਟ ਖਟ ਕੇ ਲਿਆਂਦਾ ਬਾਜਾ ਮੈਂ ਕਿਹਾ ਇੱਕ ਵਾਰ ਆ ਜਾ 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 ਉਹ ਪੇਦਾ ਪੁੱਤ ਮੁੜ ਕੇ ਨਹੀਂ ਆਇਆ ਇਹ ਫਿਰ ਸਾਡੇ ਦਫ਼ਤਰ ਵਾਲੇ ਸ਼ਰਨਾਰ ਕਈ ਸੀ ਕੋਈ ਉਹ ਨਹੀਂ ਮੁੜ ਕੇ ਆਇਆ ਸੁਈਦਾਂ ਨਹੀਂ ਆ ਵੀ ਆਉਂਦਾ ਜੜੀਆਂ ਹੋ ਜਾਣੀਆਂ ਬੜਾ ਮਾਹੌਲ ਬਣਦਾ ਕਿਸੇ ਵੇਲੇ ਅੱਛਾ ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸੰਗਤ ਦਾ ਬਹੁਤ ਰੰਗਤ ਚੜਦੀ ਆ ਮੈਂ ਕਲਾਕਾਰਾਂ ਚ ਔਰ ਗਾਲਿਬ ਸਾਹਿਬ ਜਿਹੜੇ ਬਹੁਤ ਅੱਛੇ ਸ਼ਾਇਰ ਹੋਏ ਆ ਹਾਂ ਉਹਨਾਂ ਦੀ ਕਹਿੰਦੇ ਗਲੀ ਦੇ ਬੱਚਿਆਂ ਨੂੰ ਵੀ ਰੰਗ ਚੜਿਆ ਹੋਇਆ ਸੀ ਹਾਂ ਇੱਕ ਉੱਥੇ ਇੱਕ ਬੰਦਾ ਆ ਗਿਆ ਉਹ ਬੱਚੇ ਕਿਤੇ ਬੰਟੇ ਖੇਡ ਰਹੇ ਸੀ ਗੋਲੀਆਂ ਖੇਡਦੇ ਸੀ ਹੂੰ ਕਹਿੰਦਾ ਗਾਲਿਬ ਕਿੱਥੇ ਆ ਨਿਆਣੇ ਨੂੰ ਕਹਿੰਦੇ ਕਹਿੰਦਾ ਕਿਤੇ ਕੰਮ ਗਿਆ ਤੂੰ ਆ ਪਰਚਾ ਚ ਚੱਕੀ ਫਿਰਦਾ ਤੈਨੂੰ ਕੀ ਕੰਮ ਆ ਕਹਿੰਦਾ ਵੀ ਮੈਂ ਦੋ ਲਾਈਨਾਂ ਲਿਖੀਆਂ ਤੇ ਮੂਰਲੀਆਂ ਲਾਈਨਾਂ ਗਾਲਿਬ ਲਿਖੂਗਾ ਕਹਿੰਦੇ ਉਹਨੇ ਖਰੇ ਕਦੋਂ ਲਿਖਣੀਆਂ ਤੂੰ ਦੱਸਦਾ ਸੀ ਕੀ ਲਿਖਿਆ ਕਹਿੰਦਾ ਵੀ ਮੈਂ ਲਿਖਿਆ ਮਹਿਕਤੇ ਹੋਏ ਬਾਗ ਸੇ ਜਲਤੇ ਹੋਏ ਕਬਾਬ ਕੀ ਬੂ ਆ ਰਹੀ ਮਹਿਕਤੇ ਹੋਏ ਬਾਗ ਸੇ ਬਾਗ ਸੇ ਗੁਲਜ਼ਰ ਜਲਤੇ ਹੋਏ ਕਬਾਬ ਕੀ ਬੂ ਆ ਰਹੀ ਹੈ ਮਹਿਕਤੇ ਹੋਏ ਚਮਨ ਸੇ ਬਾਗ ਸੇ ਜਲਤੇ ਹੋਏ ਕਬਾਬ ਕੀ ਬੂ ਆ ਰਹੀ ਹੈ ਉਹ ਬੱਚਾ ਕਹਿੰਦਾ بس ਇਨੀ ਕੀ ਗੱਲ ਕਹਿੰਦਾ ਜਾ ਵਹਾਂ ਇੱਕ ਮਸ਼ੂਕ ਆਪਣੇ ਆਸ਼ਿਕ ਕੇ ਇੰਤਜ਼ਾਰ ਮੇ ਆਪਣਾ ਦਿਲ ਜਲਾ ਰਹੀ ਹੈ ਇਸੀ ਲਈ ਮਹਿਕਤੂਏ ਬਾਗ ਸੇ ਜਲਤੇ ਹੋਏ ਕਬਾਬ ਕੀ ਬੂ ਆ ਰਹੀ ਵਾਹ ਤੂੰ ਕਲਾਕਾਰਾਂ ਦੀ ਗਲੀਆਂ ਦੇ ਬੱਚੇ ਵੀ ਕਲਾਕਾਰ ਹੀ ਹੁੰਦੇ ਆ ਦੇਖੋ ਉਹ ਵੀ ਸ਼ਾਇਰ ਹੀ ਨਿਕਲੇ ਇੱਕ ਸੰਗਤ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਰੰਗਤ ਜਿਹੜੀ ਆ ਬਹੁਤ ਜ਼ਰੂਰੀ ਹੈ ਸੰਗਤ ਦੀ ਰੰਗਤ ਚੜਦੀ ਆ ਫਿਰ ਆਈ ਗੱਲਾਂ ਚੋਂ ਗੱਲਾਂ ਨਿਕਲ ਜਾਂਦੀਆਂ ਤੇ ਕੰਮ ਚੱਲੀ ਜਾਂਦਾ ਪਰ ਤੁਹਾਡੀ ਪਛਾਣ ਵੀ ਨਿਆਣਿਆਂ ਦੇ ਵਿੱਚ ਬਹੁਤ ਗੂੜੀ ਬਣੀ ਰਹੀ ਤੁਹਾਡੇ ਗੀਤਾਂ ਦਾ ਕਰਕੇ ਕਦੇ ਕਿਸੇ ਬੱਚੇ ਨੇ ਕੋਈ ਐਸੀ ਗੱਲ ਕਹੀ ਹੋਵੇ ਤੁਹਾਨੂੰ ਵੀ ਜਿਹੜੀ ਸਦਾ ਹੀ ਚੇਤੇ ਰਹਿੰਦੀ ਹੋਵੇ ਅ ਬਿਲਕੁਲ ਮੈਂ ਬੱਚੇ ਮੈਨੂੰ ਯਾਦ ਰਹਿੰਦੇ ਪ੍ਰੋਗਰਾਮਾਂ ਤੇ ਮੈਂ ਇੱਕ ਬੱਚੇ ਨੂੰ ਮੈਂ ਕਿਹਾ ਮੈਂ ਕਿਹਾ ਪੁੱਤ ਮੈਨੂੰ ਪਛਾਣਿਆ ਅ ਕਹਿੰਦਾ ਨਹੀਂ ਅ ਮੈਂ ਕਿਹਾ ਮੈਂ ਟੀਵੀ ਤੇ ਹੋਂਨਾ ਤੇ ਕਹਿੰਦਾ ਅੱਛਾ ਟੀਵੀ ਤੇ ਹੋਂਨਾ ਮੈਂ ਨਹੀਂ ਪਛਾਣਿਆ ਮੈਂ ਕਿਹਾ ਤੁਹਾਡੇ ਘਰੇ ਟੀਵੀ ਹੈ ਕਹਿੰਦਾ ਨਹੀਂ ਮੈਂ ਕਿਹਾ ਵੀ ਹੋਰ ਮੈਂ ਆਟੇ ਵਾਲੇ ਡਰਾਮ ਚ ਹੋਂਨਾ ਜੇ ਟੀਵੀ ਪੁੱਤ ਹੋਊਗਾ ਤਾਂ ਫੇਰ ਹੀ ਤੂੰ ਦੇਖੂਗਾ ਨਾ ਤੋ ਬੱਚੇ ਵੀ ਦੇਖੋ ਜੀ ਰੱਬ ਦਾ ਰੂਪ ਇੱਕ ਵਾਰੀ ਮੈਂ ਸ਼ੋਅ ਕਰ ਰਿਹਾ ਸੀ ਇੱਕ ਬੱਚਾ ਨੇ ਇੱਕ ਲੇਡੀਜ਼ ਨੂੰ ਆ ਕੇ ਆਪਣੀ ਮਾਂ ਨੂੰ ਕੁਝ ਕਹਿ ਰਿਹਾ ਮੈਂ ਦੇਖੀ ਜਾਣਾ ਔਰ ਰੋਲਾ ਪਾਈ ਜਾਵੇ ਮੈਂ ਕਿਹਾ ਭੈਣ ਜੀ ਆ ਬੱਚੇ ਨੂੰ ਚੁੱਪ ਕਰਾਓ ਹੂੰ ਕਿੰਨੇ ਬੱਚਾ ਵੀ ਹੀ ਕਹਿ ਰਿਹਾ ਕੀ ਕਹਿੰਦੇ ਭੋਟੂ ਸ਼ਾਹ ਨੂੰ ਚੁੱਪ ਕਰਾਓ ਸੋ ਇਦਾਂ ਸਾਨੂੰ ਜਿਹੜੀਆਂ ਆਮਦਾਂ ਆ ਵਿੱਚ ਹੁੰਦੀਆਂ ਪੰਚ ਇਸੇ ਤਰ੍ਹਾਂ ਮਿਲਦੇ ਰਹਿੰਦੇ ਆ ਬਹੁਤ ਜ਼ਿਆਦੇ ਮੇਰਾ ਇੱਕ ਫਰੈਂਡ ਕੈਡੈਕਟਰ ਹੁੰਦਾ ਸੀ ਉਹ ਕਹਿੰਦਾ ਯਾਰ ਇੱਕ ਬੀਬੀ ਬੱਚੇ ਨੂੰ ਲੈ ਕੇ ਚੜ ਜਾਂਦੀ ਆ ਤੇ ਜਦੋਂ ਮੈਂ ਉਹਦੀ ਟਿਕਟ ਕੱਟਦਾ ਮੈਂ ਮੈਂ ਕਿਹਾ ਬੱਚੇ ਦੀ ਟਿਕਟ ਲੱਗਣੀ ਆ ਤੇ ਉਹ ਕਹਿੰਦੀ ਨਹੀਂ ਜੀ ਹਜੇ 5 ਸਾਲ ਦਾ ਹੋਇਆ ਹੀ ਨਹੀਂ ਇਹ 5 ਸਾਲ ਦਾ ਹੋਇਆ ਹੀ ਨਹੀਂ ਤੇ ਕਹਿੰਦਾ ਮੈਂ ਨਾ ਜਦੋਂ ਉਤਰੀ ਤੇ ਬੱਚਾ ਇਹਨੂੰ ਹੋਇਆ ਮੈਂ ਥੱਲੇ ਉਤਰ ਕੇ ਬੱਚੇ ਨੂੰ ਪੁੱਛਿਆ ਮੈਂ ਕਿ ਪੁੱਤ ਤੂੰ 5 ਸਾਲ ਦਾ ਕਦੋਂ ਹੁੰਨਾ ਕਹਿੰਦਾ ਜਦ ਮੈਂ ਬਸ ਤੋਂ ਥੱਲੇ ਉਤਰ ਜਾਂਦਾ ਤੇ ਸਾਰਿਆਂ ਨਾਲ ਬਾਅਦ ਹੀ ਇਸ ਤਰ੍ਹਾਂ ਬਹਿ ਕਰੇ ਇਸ ਗੱਲ ਨੂੰ ਮਹਿਸੂਸ ਕੀਤਾ ਵੀ ਭਾਈ ਜਦੋਂ ਔਖਾ ਵੇਲਾ ਆ ਗਿਆ ਜਾਂ ਜਦੋਂ ਉਹ ਕੈਸਟ ਵਾਲਾ ਦੌਰ ਚਲਾ ਗਿਆ ਜਾਂ ਜਦੋਂ ਤੁਹਾਡਾ ਸਾਥ ਛੁੱਟ ਗਿਆ ਨਾਲ ਦੇ ਆੜੀ ਨਾਲੋਂ ਫਿਰ ਤੁਸੀਂ ਫਿਰ ਔਖੇ ਵੇਲੇ ਦੇ ਵਿੱਚੋਂ ਲੰਘੇ ਕਿਉਂਕਿ ਉਸ ਵੇਲੇ ਦੇ ਵਿੱਚ ਕਿਉਂਕਿ ਇਹ ਗੱਲ ਜੇ ਆਪਾਂ 10 12 ਸਾਲ ਪੁਰਾਣੀ ਕਰੀਏ ਜੀ ਉਦੋਂ ਪਰ ਟੀਵੀ ਚੈਨਲਾਂ ਦੇ ਉੱਤੇ ਕਮੇਡੀ ਦੇ ਨਵੇਂ ਪ੍ਰੋਗਰਾਮ ਸ਼ੁਰੂ ਹੁੰਦੇ ਆ ਜੀ ਉਹਦੇ ਵਿੱਚ ਬਿਲਕੁਲ ਨਵੇਂ ਚਿਹਰੇ ਜਾਂਦੇ ਤੇ ਅੱਜ ਉਹ ਹਿੱਟ ਸੁਪਰ ਹਿੱਟ ਹੋ ਗਏ ਆ ਜੀ ਤੁਸੀਂ ਕਿਉਂ ਨਹੀਂ ਟਰਾਈ ਕੀਤਾ ਉਧਰ ਕੋਸ਼ਿਸ਼ ਕਿਉਂ ਨਹੀਂ ਕੀਤੀ ਆਹ ਦੇਖੋ ਜੀ ਕੋਸ਼ਿਸ਼ ਮੈਂ ਕਰਦਾ ਰਿਹਾ ਆਪਣੇ ਵੱਲੋਂ ਬਾਕੀ ਤੁਸੀਂ ਕਿਸਮਤ ਕਹਿ ਲਓ ਜਾਂ ਕੋਈ ਰਾਜਨੀਤੀ ਕਹਿ ਲਓ ਇਹ ਦੋਨਾਂ ਚੀਜ਼ਾਂ ਨੂੰ ਅਸੀਂ ਬੈਲੈਂਸ ਰੱਖ ਕੇ ਚੱਲਦੇ ਆ ਹਾਂ ਤੁਸੀਂ ਕਿਤੇ ਜਾ ਕੇ ਵੀ ਭਾਈ ਬੰਬੇ ਦੇ ਵੱਲ ਦਿੱਲੀ ਦੇ ਵੱਲ ਕਿਸੇ ਸ਼ੋਅ ਦੇ ਵਿੱਚ ਕੋਈ ਭਾਗ ਲਿਆ ਜੀ ਆਹ ਦੇਖੋ ਜੀ ਮੈਂ ਪਹਿਲਾਂ ਗਿਆ ਸੀਗਾ ਉਦੋਂ ਥੋੜੀ ਜੀ ਕੁਝ ਮਿਸਟੇਕ ਇਸੇ ਤਰ੍ਹਾਂ ਹੋ ਗਈ ਵੀ ਨਾਲ ਦਾ ਜਿਹੜਾ ਮੇਰਾ ਸਾਥੀ ਸੀਗਾ ਉਹਦੀ ਵਜ੍ਹਾ ਨਾਲ ਮੈਂ ਉੱਥੇ ਨਹੀਂ ਪਹੁੰਚਿਆ ਉਹਨਾਂ ਨੇ ਮੈਨੂੰ ਸਿਲੈਕਟ ਕਰ ਲਿਆ ਸੀ ਇਹ ਮਤਲਬ ਜਿਹੜੇ ਹਿੰਦੀ ਸ਼ੋਅ ਅੱਜ ਸ਼ੁਰੂ ਹੋਇਆ ਬਹੁਤ ਹਿੱਟ ਗਿਆ ਉਹਨਾਂ ਤੋਂ ਪਹਿਲੀਆਂ ਗੱਲਾਂ ਨੇ ਜਦੋਂ ਕਮੇਡੀ ਸਰਕਸ ਸੋਨੀ ਚੈਨਲ ਤੇ ਸ਼ੁਰੂ ਹੋਇਆ ਤੇ ਅਸੀਂ ਸ਼ਕੀਲ ਨੂੰ ਟੱਕਰ ਦਿੱਤੀ ਉੱਥੇ ਜਾ ਕੇ ਫਾਈਨਲ ਦੇ ਵਿੱਚ ਮੈਂ ਸੀਗਾ ਔਰ ਉਪਰੋਂ ਉਹਦੋਂ ਕੋਈ ਅਸੀਂ ਐਡੇ ਰਾਉਂਡ ਨਹੀਂ ਸੀ ਖੇਲੇ ਉਹ ਸਾਡਾ ਸਿੱਧਾ ਫਾਈਨਲ ਦੇ ਵਿੱਚ ਸੀਗਾ ਉਹਨਾਂ ਨੇ ਸ਼ਕੀਲ ਨਾਲ ਟੱਕਰ ਰੱਖੀ ਕੋਈ ਜੋੜੀ ਨਹੀਂ ਮਿਲਦੀ ਸੀ ਤੇ ਫਿਰ ਜਿਹੜਾ ਸਾਡੇ ਨਾਲ ਦਾ ਬੰਦਾ ਸੀ ਉਹਨੇ ਕੁਝ ਫੋਨ ਤੇ ਮਿਸਟੇ ਮੈਨੂੰ ਉਹਨਾਂ ਨੇ ਸਿਲੈਕਟ ਕਰ ਲਿਆ ਸੀ ਵੀ ਕਹਿੰਦੇ ਅਸੀਂ ਭੱਜਾ ਜੀ ਆਪਕੋ ਇੱਕ ਸੈਲੀਬ੍ਰਿਟੀ ਦੇਂਗੇ ਸੀਰੀਅਲ ਇੱਕ ਆਪ ਔਰ ਆਪ ਸਿਲੈਕਟ ਹੈ ਤੋ ਬਸ ਵਿੱਚੋਂ ਕੁਝ ਉਹ ਫੋਨ ਮੇਰਾ ਸਾਥੀ ਕੋ ਹੁੰਦਾ ਸੀ ਕੋਈ ਉਹਨੇ ਕੋਈ ਇਦਾਂ ਦੀ ਗੱਲ ਕਹਿ ਦਿੱਤੀ ਵੀ ਮੈਂ ਵੀ ਨਾਲ ਆਉਣਾ ਚਾਹ ਨਹੀਂ ਉਹਦੀ ਵਜ੍ਹਾ ਦੇ ਨਾਲ ਮੇਰਾ ਉੱਥੋਂ ਜਿਹੜਾ ਬ੍ਰੇਕ ਹੋਇਆ ਉਸ ਤੋਂ ਬਾਅਦ ਹਾਂ ਬਿਲਕੁਲ ਫਿਰ ਉਸ ਤੋਂ ਬਾਅਦ ਮੈਂ ਨਹੀਂ ਖੜਾ ਹੋ ਸਕਿਆ ਉੱਥੇ ਲੇਕਿਨ ਹੁਣ ਮੈਨੂੰ ਖੁਸ਼ੀ ਇਹ ਆ ਵੀ ਹੁਣ ਆ ਜਿਹੜਾ ਸੋਸ਼ਲ ਮੀਡੀਆ ਆਇਆ ਇੱਥੇ ਮੈਂ ਹੁਣ ਦੇਖੋ ਜੀ ਹਿੰਦੀ ਪੰਜਾਬੀ ਸਭ ਕੁਝ ਆਪਣੇ ਦਰਸ਼ਕਾਂ ਤੱਕ ਸਰੋਤਿਆਂ ਤੱਕ ਪਹੁੰਚਾਉਂਗਾ ਹੁਣ ਮੇਰਾ ਆਪਣਾ ਚੈਨਲ ਆ ਹੁਣ ਮੈਨੂੰ ਨਹੀਂ ਕੋਈ ਕੁਝ ਕਹਿ ਸਕਦਾ ਹੁਣ ਮੇਰਾ ਆਪਣਾ ਚੈਨਲ ਆ ਜੋ ਮੇਰੇ ਅੰਦਰ ਹੈਗੀ ਪੜਾ ਉਹ ਸਾਰੀ ਮੈਂ ਕੱਢੂੰਗਾ ਆਪਣਾ YouTube ਚੈਨਲ ਮੈਂ ਖੋਲਿਆ BHO WTU ਦੇ ਨਾਲ ਖੁੱਲਦਾ SHAH ਤੁਸੀਂ ਖੋਲ ਕੇ ਦੇਖ ਸਕਦੇ ਹੋ ਉਤੇ ਰੀਲਸ ਪੈ ਰੀਆਂ ਔਰ ਕੰਟੈਂਟ ਪੈ ਰੇ ਮੇਰੇ ਹਾਂ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਲੋਕਾਂ ਨੂੰ ਹਸਾਉਣ ਵਾਲਾ ਬੰਦਾ ਅੰਦਰੋਂ ਬਹੁਤ ਕੱਲਾ ਹੁੰਦਾ ਉਹਨੂੰ ਅੰਦਰ ਬਹੁਤ ਦੁੱਖ ਬਹੁਤ ਝੋਰੇ ਲੱਗੇ ਹੁੰਦੇ ਆ ਪੋਟੂ ਸਾ ਵੀ ਅੰਦਰੋਂ ਕੱਲਾ ਬਿਲਕੁਲ ਜੀ ਜਿੰਨੀਆਂ ਗਰੀਬੀਆਂ ਚੋਂ ਜਿੱਦਾਂ ਦੇ ਹਾਲਾਤਾਂ ਚੋਂ ਆਏ ਆ ਤੇ ਇਸੇ ਕਰਕੇ ਜਾਦਾ ਕਈ ਵਾਰੀ ਜਿਹੜੀ ਆ ਗੰਭੀਰ ਗੱਲ ਕਰੀਦੀ ਆ ਕਿਉਂਕਿ ਬਹੁਤ ਸਮਾਂ ਰੋ ਰੋ ਕੇ ਕੱਢਿਆ ਜਦੋਂ ਘਰ ਦੇ ਵਿੱਚ ਕੋਈ ਲੋੜਾਂ ਨਹੀਂ ਪੂਰੀਆਂ ਹੋਣੀਆਂ ਹਨ ਸ਼ੌਂਕ ਨਹੀਂ ਪੂਰੇ ਹੋਣੇ ਤੇ ਮੈਨੂੰ ਯਾਦ ਆ ਵੀ ਅਸੀਂ ਜਲੰਧਰ ਸੋਡਲ ਦਾ ਮੇਲਾ ਲੱਗਦਾ ਲੱਗਦਾ ਜੀ ਬਾਬਾ ਸੋਡਲ ਜੀ ਦੇ ਜਾਂਦੇ ਹੁੰਦੇ ਸੀ ਤੇ ਸਾਡੇ ਕੋਲ ਅਸੀਂ ਖਡਾਉਣੇ ਦੇਖੀ ਜਾਣੇ ਲੈਣ ਜੋਗੇ ਪੈਸੇ ਨਹੀਂ ਹੁੰਦੇ ਤੇ ਕਈ ਵਾਰੀ ਅੱਖਾਂ ਭਰ ਆਉਨੀਆਂ ਹਨ ਤੇ ਯਾਰ ਬਈ ਮੈਂ ਫਿਰ ਕਈ ਵਾਰ ਖਡਾਉਣੇ ਵੇਚਦਾ ਵੀ ਰਿਆਂ ਰਾਤ ਰਾਤ ਸਾਰੀ ਜਾਗੀ ਜਾਣੀ ਬਚਣਾ ਕੁਛ ਨਹੀਂ ਭੀੜ ਚੋਂ ਬੁੜੀਆਂ ਨੇ ਖਡਾਉਣੇ ਚੱਕ ਕੇ ਲੈ ਖਡਾਉਣੇ ਵੇਚਦੇ ਰਹੇ ਮੈਂ ਜੀ ਬਹੁਤ ਕੰਮ ਕੀਤਾ ਸਬਜੀ ਦੀ ਰੇੜੀ ਮੈਂ ਲਾਈ ਆ ਤੇ ਕਰਿਆਨੇ ਦੀ ਦੁਕਾਨਾਂ ਤੇ ਮੈਂ ਕੰਮ ਕੀਤਾ ਹਨਾ ਫੈਕਟਰੀਆਂ ਚ ਮੈਂ ਮਜ਼ਦੂਰੀ ਕੀਤੀ ਜ਼ਿੰਦਗੀ ਜਿਹੜੀ ਐ ਸਟਰਗਲ ਦੇ ਨਾਲ ਭਰੀ ਪਈ ਆ। ਹੂੰ। ਵੀ ਸਾਡੇ ਕੋਲ ਕਈ ਵਾਰੀ ਦਿਵਾਲੀਆਂ ਦਸਹਰੇ ਸਾਡੇ ਆ ਹੀ ਨਿਕਲਦੇ ਸੀ ਸਾਡੇ ਘਰੇ ਨਾ ਤਾਂ ਮਠਿਆਈਆਂ ਹੋਣੀਆਂ ਨਾ ਕੋਈ ਸ਼ੋਰ ਹੋਣਾ ਰੋ ਰੋ ਕੇ ਟਾਈਮ ਬਹੁਤ ਜ਼ਿਆਦਾ ਕੱਢਿਆ ਸੀ ਲੇਕਿਨ ਮਾਲਕ ਅੱਗੇ ਸ਼ੁਕਰੀਆ ਕਰਦੇ ਰਿਹਾ ਦਾਤਾ ਅਸੀਂ ਵੀ ਤੇਰੇ ਹੀ ਆ ਕੋਈ ਗੱਲ ਨਹੀਂ ਅੱਜ ਨਹੀਂ ਕੱਲ੍ਹ ਤੂੰ ਸਮਾਂ ਦੇਂਗਾ। ਫਿਰ ਮੈਂ ਗੱਲ ਸੋਡਲ ਦੇ ਮੇਲੇ ਦੀ ਕਰ ਰਿਹਾ ਸੀ। ਫਿਰ ਜਦ ਮੈਂ ਹਿੱਟ ਹੋਇਆ ਤੇ ਮੇਰਾ ਇੱਕ ਪ੍ਰੋਗਰਾਮ ਸੀਗਾ ਮੈਂ ਲਾ ਕੇ ਆਇਆ ਤੇ ਜੇਬ ਦੇ ਵਿੱਚ 20000 ਰੁਪਈਆ। ਹੂੰ। ਤੇ ਅੱਖਾਂ ਉਦੋਂ ਵੀ ਭਰੀਆਂ ਸੋਡਲ ਦੇ ਮੇਲੇ ਤੇ ਕਿ ਬਾਬਾ ਕਦੀ 20 ਰੁਪਏ ਵੀ ਜੇਬ 'ਚ ਨਹੀਂ ਸੀ ਅੱਜ 20000 ਰੁਪਏ ਮਿਲਿਆ ਤੇ ਮੈਂ ਇਦਾਂ ਦੇਖਦਾ ਫਿਰਦਾ ਸੀ ਵੀ ਕੋਈ ਗਰੀਬ ਦਾ ਬੱਚਾ ਤਾਂ ਨਹੀਂ ਖਡੋਣਿਆਂ ਤੋਂ ਬਨਾ ਮੈਂ ਲੋਕ ਲੋਕ ਕੇ ਦੇਖਦਾ ਸੀ ਵੀ ਕਿਸੇ ਬੱਚੇ ਦਾ ਚਾਹ ਤਾਂ ਨਹੀਂ ਇਦਾਂ ਦਾ ਜਿਹਨੂੰ ਮੈਂ ਖਡੋਣੇ ਲੈ ਕੇ ਦੇ ਸਕਾਂ ਸੋ ਜਿਹਨੇ ਜ਼ਿੰਦਗੀ ਦੇ ਵਿੱਚ ਇਹ ਟਾਈਮ ਹੰਡਾਇਆ ਹੁੰਦਾ ਉਹੀ ਦੇਖ ਸਕਦਾ ਜਿਹਦੇ ਤਨ ਤੇ ਲੱਗੀਆਂ ਉਹਨੂੰ ਹੀ ਤਕਲੀਫ ਮਹਿਸੂਸ ਹੋ ਸਕਦੀ ਆ ਬਾਕੀ ਨਹੀਂ ਆਪਾਂ ਕਿਸੇ ਨੂੰ ਕਹਿ ਸਕਦੇ ਹਣਾ ਜਿਨ੍ਹਾਂ ਨੇ ਇਹ ਦਿਨ ਦੇਖੇ ਆ ਬਹੁਤ ਜ਼ਿਆਦਾ ਗਰੀਬੀ ਵਿੱਚੋਂ ਪਰ ਅੱਜ ਵੀ ਮੈਂ ਕਿਸੇ ਦਾ ਮਾੜਾ ਨਹੀਂ ਕਰ ਸਕਦਾ ਸੀ ਮੁੰਬਈ ਗਏ ਸੀਗੇ ਸ਼ੋਅ ਤੇ ਤੇ ਵਿਚਾਰੇ ਦੋ ਕੁ ਬੰਦੇ ਨੰਗੇ ਪੈਰੀ ਤੁਰੇ ਫਿਰਨ ਤਾਂ ਮੈਂ ਆਪਣੇ ਮੁੰਡੇ ਨੂੰ ਕਿਹਾ ਮੈਂ ਕਿਹਾ ਪੁੱਤ ਜਾ ਇਹਨਾਂ ਨੂੰ ਚਪਲਾਂ ਲੈ ਕੇ ਦੇ ਅਸੀਂ ਖੁਦ ਨੰਗੇ ਪੈਰੀ ਤੁਰੇ ਹੋਇਆ ਦੇਖ ਨਹੀਂ ਸਕਦੇ ਕਿਸੇ ਦਾ ਜਿਨੇ ਆਪ ਦੁੱਖ ਢਾਇਆ ਹੋਵੇ ਉਹ ਕਿਸੇ ਦਾ ਦੁੱਖ ਨਹੀਂ ਦੇਖ ਸਕਦਾ ਇਸ ਕਰਕੇ ਫਿਰ ਜਦ ਮੈਨੂੰ ਟਾਈਮ ਮਿਲਿਆ ਮੈਂ ਅਕਸਰ ਟੈਨਾ ਸਾਹਿਬ ਕਹਿਣਾ ਹੁੰਦਾ ਮੈਂ ਬਹੁਤ ਬੱਚਿਆਂ ਨੂੰ ਆਪਣੀਆਂ ਡੀਵੀਡੀ ਸੀਡੀਆਂ 'ਚ ਮੌਕਾ ਦਿੱਤਾ ਮੈਂ ਜੇ ਕਿਸੇ ਨੇ ਪਿੰਡੋਂ ਆ ਜਾਣਾ ਤਾਂ ਮੈਂ ਇਹਨੂੰ ਪਹਿਲਾਂ ਪੁੱਛਣਾ ਪੁੱਤ ਤੇ ਤੈਨੂੰ ਕਿਰਾਇਆ ਹੈਗਾ ਜਾਣਦਾ ਕਿ ਨਹੀਂ ਮੇਰੇ ਤੋਂ ਨਹੀਂ ਹੁੰਦਾ ਸੀ ਹੈਂ ਤੇ ਰੋਟੀ ਖਾਧੀ ਹੈ ਕਿ ਨਹੀਂ ਹੋਟਲਾਂ ਚ ਮੈਂ ਰੂਮ ਬੱਚਿਆਂ ਨੂੰ ਪਿੰਡਾਂ ਦੇ ਨੂੰ ਬੁੱਕ ਕਰਾ ਕੇ ਦੇਣੇ ਕਿਉਂਕਿ ਮੈਂ ਉਹ ਮੈਂ ਤਾਂ ਸਟੇਸ਼ਨ ਆ ਤੇ ਸੌਂਦਾ ਰਿਆ ਇੱਕ ਵਾਰੀ ਮੈਨੂੰ ਯਾਦ ਆ ਸੀ ਜਦੋਂ ਕਿ ਮੈਂ ਐਂਕਰ ਬਣਿਆ ਮੈਂ ਮਰਹੂਮ ਗਾਇਕ ਰਾਜ ਬਰਾੜ ਜੀ ਨਿਰਮਲ ਸਿੱਧੂ ਜੀ ਔਰ ਸਾਰੇ ਜਿਹੜੇ ਕਲਾਕਾਰ ਨੇ ਆਪਣੇ ਮਨਮੂਨ ਭਾਜੀ ਦੇਬੀ ਮਖਸੂਸਪੂਰੀ ਸਾਹਿਬ ਸਰਿੰਦਰ ਲਾਡੀ ਜੀ ਆਪਣੇ ਮਰਹੂਮ ਟੱਟ ਸਾਹਿਬ ਗੁਰਪ੍ਰੀਤ ਟੱਟ ਸਾਹਿਬ ਜਦੋਂ ਖੁਫੀਆ ਰਿਪੋਰਟ ਆਈ ਮੈਂ ਇਹਨਾਂ ਸਾਰਿਆਂ ਦੇ ਨਾਲ ਹੀ ਕੰਮ ਕੀਤਾ ਔਰ ਮੈਨੂੰ ਉਹਨਾਂ ਦਿਨਾਂ 'ਚ ਐਂਕਰਾਂ 'ਚ ਮੇਰਾ ਨਾਮ ਹੋਣ ਲੱਗ ਪਿਆ ਸੀ ਤੇ ਮੈਨੂੰ ਜਸਵਿੰਦਰ ਬਰਾੜ ਨੇ ਕਹਿ ਦਿੱਤਾ ਕਿ ਆ ਜੀ ਭਾਈ ਬਠਿੰਡੇ ਸ਼ੋਅ ਤੇ ਤੂੰ ਹੁਣ ਅੱਜਕੱਲ ਤਾਂ ਅਸੀਂ ਢਾਈਆਂ ਘੰਟਿਆਂ 'ਚ ਦੋਹਾਂ 'ਚ ਬਠਿੰਡੇ ਪਹੁੰਚ ਜਾਨੇ ਮੈਂ ਭਾਈ ਜੀ ਤਿੰਨ ਚਾਰ ਬੱਸਾਂ ਬਦਲ ਕੇ ਗਿਆ ਤੇ ਜਦ ਮੈਂ ਗਿਆ ਤੇ ਉਹ ਪ੍ਰੋਗਰਾਮ ਤੇ ਨਿਕਲ ਚੁੱਕੇ ਸੀ ਬੱਸਾਂ ਜਿੰਨੀਆਂ ਮੈਂ ਬਹੁਤ ਲੇਟ ਹੋ ਗਿਆ ਤੇ ਮੇਰੇ ਕੋਲੇ ਆਣ ਜੋਗਾ ਕਰਾਇਆ ਨਹੀਂ ਮੈਂ ਸਟੇਸ਼ਨ ਤੇ ਬੜਾ ਮਹਿਸੂਸ ਕਰਾਂ ਵੀ ਯਾਰ ਮੈਂ ਹੁਣ ਜਲੰਧਰ ਨੂੰ ਕਿੱਦਾਂ ਜਾਵਾਂ ਤੇ ਕੁਦਰਤੀ ਮੈਨੂੰ ਉੱਥੋਂ ਥੋੜੇ ਜਿਹੇ ਪੈਸੇ ਲੱਭੇ ਉਹਦੀਆਂ ਮੈਂ ਸਟੇਸ਼ਨ ਤੋਂ ਛੋਲੇ ਪੂੜੀਆਂ ਖਾ ਕੇ ਤੇ ਬੜਾ ਔਖਾ ਮੈਂ ਜਲੰਧਰ ਤੱਕ ਪਹੁੰਚਿਆ ਇਦਾਂ ਦੇ ਬਹੁਤ ਸਾਰੇ ਟਾਈਮ ਮੇਰੀ ਲਾਈਫ ਦੇ ਵਿੱਚ ਆਏ ਪਰ ਜਦੋਂ ਮੇਰਾ ਟਾਈਮ ਵਧੀਆ ਆਇਆ ਮੈਂ ਆਪਣੀ ਅੱਖਾਂ 'ਚ ਇਦਾਂ ਦਾ ਟਾਈਮ ਕਿਸੇ ਨੂੰ ਦੇਖਣ ਨਹੀਂ ਦਿੱਤਾ ਤੁਸੀਂ ਕਹਿੰਦੇ ਹੋ ਕਿ ਤੁਸੀਂ ਬਹੁਤ ਸਾਰੇ ਬੱਚਿਆਂ ਨੂੰ ਮੌਕਾ ਦਿੱਤਾ ਜੀ ਬਹੁਤ ਵਧੀਆ ਗੱਲ ਆ ਤਾਮਯਾਬ ਬੰਦੇ ਨੂੰ ਨਵਿਆਂ ਨੂੰ ਮੌਕਾ ਦੇਣਾ ਹੀ ਚਾਹੀਦਾ ਬਿਲਕੁਲ ਜੀ ਪਰ ਜਦੋਂ ਥੋੜੇ ਤੇ ਔਖਾ ਸਮਾਂ ਆਇਆ ਫਿਰ ਤੁਹਾਨੂੰ ਕਿਸੇ ਨੇ ਮੌਕਾ ਦਿੱਤਾ ਵੀ ਚੱਲ ਚੱਜ ਦੀ ਫਿਲਮ ਦੇ ਵਿੱਚ ਕੰਮ ਕਰਾਉਨੇ ਆ ਆ ਬਸ ਇੱਥੇ ਬਹੁਤ ਵੱਡਾ ਤੇਰਾ ਕਿਰਦਾਰ ਹੋਊਗਾ ਵਿੱਚ ਫਿਲਮ ਦੇ ਇਹ ਲਾਰੇ ਲੱਗਦੇ ਰਹੇ ਜੀ ਵੈਸੇ ਤਾਂ ਮੈਂ ਕੋਈ ਸੈਟਾਂ ਤੋਂ ਮੁੜ ਕੇ ਵੀ ਆਉਂਦਾ ਰਿਹਾ ਮੈਂ ਤੇ ਹੌਸਲੇ ਦਿੰਦੇ ਰਹੇ ਕੋਈ ਨਹੀਂ ਕਰਾਂਗੇ ਕਰਾਂਗੇ ਹੋ ਜਾਣਗੇ ਪਰ ਉਹਨਾਂ ਦੀ ਮਰਜ਼ੀ ਆ ਕੋਈ ਗੱਲ ਨਹੀਂ ਉਹਨਾਂ ਦਾ ਆਪਣਾ ਕਨਸੈਪਟ ਆ ਹਮ ਪਰਿਆ ਵੀ ਮੈਂ ਹੁਣ ਜਦੋਂ ਕਰੂੰਗਾ ਆਪਣਾ ਤੇ ਮੈਂ ਸਾਰਿਆਂ ਨੂੰ ਮੌਕਾ ਦਊਂਗਾ ਜੇ ਮੈਨੂੰ ਕਿਤੇ ਵੱਡੀ ਮੂਵੀ ਦਾ ਮੌਕਾ ਮਿਲਦਾ ਔਰ ਮੈਂ ਕਰ ਵੀ ਰਿਹਾ ਬਹੁਤ سارے ਦਰਸ਼ਕ ਬਹੁਤ سارے ਪੰਜਾਬੀ ਆਵਾਮ ਮੇਰਾ ਸਾਥ ਦੇ ਰਹੀ ਹੈ بڑے بڑے ਮੇਰੇ ਐਨ ਆਰ ਆਈ ਮਿੱਤਰ ਕਹਿੰਦੇ ਤੂੰ ਚੱਲ ਕਰ ਆਪਣਾ ਅਸੀਂ ਬੈਠੇ ਤੇ ਜਰੂਰ ਕਰਾਂਗਾ ਮੈਂ ਮੌਕੇ ਦਵਾਂਗਾ ਹੂੰ ਕਿਉਂਕਿ ਇਹ ਗੱਡੀ ਚੱਲਦੀ ਜਾਣੀ ਚਾਹੀਦੀ ਹੈ ਰੁਕਣੀ ਨਹੀਂ ਚਾਹੀਦੀ ਸਹੀ ਕਿਉਂ ਜੀ ਮੌਕਾ ਦਿਓ ਜੇ ਤੁਹਾਡੇ ਹੱਥ ਚ ਕੋ ਮਕਾਮ ਆ ਤੇ ਜਰੂਰ ਮੌਕਾ ਦਿਓ ਜੇ ਆਪਾਂ ਕਿਸੇ ਚੀਜ਼ ਨੂੰ ਫੜ ਕੇ ਬੈਜੀਏ ਜੇ ਪਾਣੀ ਆਪਾਂ ਕਿਸੇ ਚੀਜ਼ ਬੰਦ ਕਰਕੇ ਰੱਖ ਜਾਂਦੇ ਤੇ ਇੱਕ ਦਿਨ ਸਮੈਲ ਮਾਰਨ ਲੱਗ ਜਾਂਦਾ ਹੂੰ ਸਿਸ ਨੂੰ ਉਹ ਡੋਲਣਾ ਪੈਂਦਾ ਫਿਰ ਉਹ ਕਿਸੇ ਦੇ ਅਰਥ ਨਹੀਂ ਆਉਂਦਾ ਜੇ ਕੋਈ ਪੀ ਕੇ ਪਿਆਸ ਬੁਝਾ ਲੇ ਤਾਂ ਮੈਂ ਕਹਿੰਨਾ ਬਹੁਤ ਹੋ ਚੰਗੀ ਗੱਲ ਹੈ ਕਿੰਨੇ ਜੀ ਅੱਜ ਜੇ ਸਾਡੇ ਹੱਥ ਪਲੇਟਫਾਰਮ ਆ ਅਸੀਂ ਕਿਸੇ ਨੂੰ ਮੌਕਾ ਦੇ ਦਈਏ ਤਾਂ ਚੰਗੀ ਗੱਲ ਆ ਭਾਈ ਉਹ ਕਿਸੇ ਟਾਈਮ ਦਵਾਵਾਂ ਦੇਣਗੇ ਮੈਂ ਅਕਸਰ ਕਹਿੰਦਾ ਹੁਣ ਦਵਾਈ ਨਹੀਂ ਕੰਮ ਕਰਦੀ ਜੰਨੀਆਂ ਦਵਾਵਾਂ ਕੰਮ ਕਰਦੀ ਹੂੰ ਸਹੀ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਤੇ ਇਹ ਚੀਜ਼ ਜ਼ਰੂਰੀ ਆ ਹੋਣੀ ਵੀ ਤੁਹਾਡੇ ਵਿੱਚ ਆਈ ਦੀ ਹੈ ਹੂੰ ਭਲਾ ਕਰੋ ਜਿੰਨਾ ਵੀ ਕਰ ਸਕਦੇ ਆ ਔਰ ਅਗਰ ਤੁਸੀਂ ਕਿਸੇ ਨੂੰ ਗਾਲਾਂ ਕੱਢਦੇ ਆ ਤਾਂ ਯੂਨੀਵਰਸ ਇਸੇ ਦਾ ਦੀ ਚੀਜ਼ ਆ ਫਿਰ ਡਬਲ ਹੋ ਕੇ ਤੁਹਾਡੇ 'ਲ ਆਉਂਦੀ ਆ ਸਹੀ ਹੂੰ ਜਿੱਦਾਂ ਦੀ ਸੋਚ ਰੱਖ ਕੇ ਤੁਸੀਂ ਮਾਲਕ ਕੋਲ ਮੰਗਦੇ ਆ ਉਦਾਂ ਦਾ ਹੀ ਤੁਹਾਨੂੰ ਮਿਲਦਾ ਹੂੰ ਪਰ ਕਮੇਡੀ ਦਾ ਰੂਪ ਤਾਂ ਕਾਫੀ ਬਦਲ ਗਿਆ ਅੱਜ ਕੱਲ ਕਮੇਡੀ ਪੈਰੋਡੀ ਆਧਾਰਿਤ ਨਹੀਂ ਅੱਜ ਕੱਲ ਚਲਦੀ ਆ ਚਲੰਤ ਮਾਮਲਿਆਂ ਦੇ ਉੱਤੇ ਆਧਾਰਿਤ ਵੀ ਜੋ ਜੋ ਕੁਝ ਅੱਜ ਕਰੰਟ ਅਫੇਅਰਸ ਜਿਹਨੂੰ ਆਪਾਂ ਕਹਿੰਦੇ ਆ ਵੀ ਜੋ ਜੋ ਕੁਝ ਅੱਜ ਸਮਾਜ ਦੇ ਵਿੱਚ ਰਾਜਨੀਤਿਕ ਗਲਵਾ ਪੈ ਰਹੀ ਆ ਮੰਨ ਲਓ ਸੋਨੀਆ ਗਾਂਧੀ ਨੇ ਕੋਈ ਗੱਲ ਕਹੀ ਤਾਂ ਫਿਰ ਉਹਦੇ ਮੁਤਾਬਕ ਪੰਚ ਬਣਾਉਣਾ ਜੇ ਮੰਨ ਲਓ ਪੰਜਾਬ ਦੇ ਮੁੱਖ ਮੰਤਰੀ ਨੂੰ ਗੱਲ ਕੋਈ ਉਦਮਤਾਪਕ ਬਣਾਉਣਾ ਵਿਕਰਮ ਸਿੰਘ ਮਜੀਠੀਆ ਮੁਤਾਬਕ ਬਣਾਉਣਾ ਅਧਿਰ ਰੰਜਨ ਚੌਧਰੀ ਮੁਤਾਬਕ ਬਣਾਉਣਾ ਪੁਲਿਸ ਮੈਕ ਵਿੱਚ ਮੁਤਾਬਕ ਬਣਾਉਣਾ ਜਾਂ ਸਾਡੇ ਸਮਾਜਿਕ ਵਰਤਾਰੇ ਦੇ ਮੁਤਾਬਕ ਬਣਾਉਣਾ ਉਹ ਫਿਰ ਇਦਾਂ ਨਹੀਂ ਕਿ ਤੁਹਾਨੂੰ ਲੱਗਦਾ ਵੀ ਗੱਲਾਂ ਅੱਜ ਕੱਲ ਵੱਧ ਪਸੰਦ ਕਰਦੇ ਲੋਕ ਸਟਾਇਰ ਜਿਹੜਾ ਬਿਲਕੁਲ ਜੀ ਮੈਂ ਹੁਣ ਜਿਹੜਾ ਪੋਟੂ ਦਾ ਰੇਡੀਓ ਸ਼ੋਅ ਕੈਨੇਡਾ ਦੇ ਵਿੱਚ ਕਰਕੇ ਆਇਆ ਸਾਰੇ ਸਟਾਇਰ ਸੀਗੇ ਮੈਨੂੰ ਕਿਹਾ ਗਿਆ ਵੀ ਘੰਟਾ ਕੀ ਯਾਰ ਕਰੀ ਇੱਥੇ ਕਿੱਥੇ ਲੋਕ ਦੇਖਦੇ ਹੂੰ ਪਰ 2 ਢਾਈ ਘੰਟੇ ਉਹ ਸ਼ੋਅ ਚੱਲਿਆ ਜੀ ਆਡੀਅנס ਫਿਰ ਵੀ ਉੱਠ ਕੇ ਨਹੀਂ ਗਈ ਬੜੀ ਖੁਸ਼ੀ ਹੋਈ ਕਿਉਂਕਿ ਉਹਦੇ ਅੰਦਰ ਪੰਜਾਬ ਦੀ ਗੱਲ ਸੀ ਚੰਗੀ ਗੱਲ ਸੀ ਉਹਦੇ ਅੰਦਰ ਤੋਂ ਅਕਸਰ ਹੁਣ ਸਾਹਿਿਤਾ ਕਮੇਡੀ ਹੈ ਨਾ ਜਿੱਦਾਂ ਤੁਸੀਂ ਦੱਸ ਕੇ ਟਿਆ ਤੇ ਅਸੀਂ ਹੁਣ ਮੈਂ ਉੱਥੇ ਪੰਜ ਬੋਲਿਆ ਸੀ ਆਪਣੇ ਨਰਿੰਦਰ ਮੋਦੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਭਾਇਆ ਭਾਨ ਮੈਂ ਪੰਜਾਬ ਕੋ ਹਿੰਦੁਸਤਾਨ ਕੋ ਅਗਰ 2024 ਮੈਂ ਆਇਆ ਤਾਂ ਸਵਰਗ ਬਣਾ ਦੂੰਗਾ ਤੇ ਮੈਂ ਕਹਾ ਮੋਦੀ ਸਾਹਿਬ ਫਿਰ ਸਾਨੂੰ ਦੱਸੋ ਅਸੀਂ ਭਾਰਤਵਾਸੀ ਕਹਾਂਗੇ ਕਿ ਸਵਰਗਵਾਸੀ ਕਹਾਂਗੇ ਅਪਾ ਹਾਂ ਭਾਈ ਆ ਭਾਨੋ ਨਾ ਖਾਊਂਗਾ ਨਾ ਖਾਣੇ ਦਊਂਗਾ ਤੇ ਮੈਂ ਕਹਾ ਮੋਦੀ ਸਾਹਿਬ ਨਾਲ ਹੀ ਸਚੁਆਲਿਆ ਬਣਾਈ ਜਾਂਦੇ ਜੇ ਬੰਦੇ ਨੇ ਖਾਣਾ ਨਹੀਂ ਤੇ ਵੇ ਕਰਨ ਕੀ ਜਾਣਾ ਸੋ ਇਸ ਤਰ੍ਹਾਂ ਦੇ ਪੰਚ ਜਿਹੜੇ ਆ ਹਰ ਤਰ੍ਹਾਂ ਦੇ ਬਣਾਈ ਜਾਂਦੇ ਔਰ ਉਹਨੇ ਮੈਨੂੰ ਕਹੀ ਕਹਿੰਦੀ ਜੀ ਰਾਹੁਲ ਗਾਂਧੀ ਦੀ ਸ਼ਾਦੀ ਨਹੀਂ ਹੁੰਦੀ ਜੇ ਤੁਸੀਂ ਪੰਚ ਦੀ ਗੱਲ ਕਰਦੇ ਰਾਹੁਲ ਗਾਂਧੀ ਦੀ ਸ਼ਾਦੀ ਮੈਂ ਕਹਾ ਇਹ ਉਹਨਾਂ ਦੀ ਮੰਮੀ ਸੋਨੀਆ ਗਾਂਧੀ ਜੀ ਦੀ ਵਜ੍ਹਾ ਨਾਲ ਨਹੀਂ ਹੁੰਦੀ ਕਿਹੜੇ ਕਿਉਂ ਮੈਂ ਕਹਿੰਦਾ ਜਦੋਂ ਇਲੈਕਸ਼ਨ ਆਉਂਦੇ ਆ ਤੇ ਆਪਣਾ ਦੀਵਾਰਾਂ ਤੇ ਲਿਖਾਉਂਦੇ ਆ ਸੋਨੀਆ ਜੀ ਕੋ ਬਹੁਮਤ ਦੋ ਸੋਨੀਆ ਜੀ ਕੋ ਬਹੁਮਤ ਦੋ ਇਸ ਕਰਕੇ ਉਹਨਾਂ ਨੂੰ ਬੋਟ ਨਹੀਂ ਦਿੱਤੀ ਤੇ ਰਾਹੁਲ ਗਾਂਧੀ ਨੂੰ ਬੋਹ ਨਹੀਂ ਦਿੱਤੀ ਸੋ ਇਹ ਕਮੇਡੀਅਨ ਜਿੱਦਾਂ ਦਾ ਮਾਹੌਲ ਲੈ ਸੀ ਉਸੇ ਤਰ੍ਹਾਂ ਦੀ ਕੋਸ਼ਿਸ਼ ਬਹੁਮਤ ਦੋ ਤੇ ਰਾਹੁਲ ਗਾਂਧੀ ਸਾਹਿਬ ਇੱਕ ਬਾਬਾ ਜੀ ਕੋ ਕਹਿੰਦੇ ਬਾਬਾ ਬਾਬਾ ਮੇਰਾ ਹੱਥ ਦੇਖੋ ਬਾਬਾ ਕਹਿੰਦਾ ਪਹਿਲਾਂ ਅਸੀਂ ਵਿਆਹ ਕਰਾ ਕੇ ਕਿਸੇ ਨੂੰ ਮੂੰਹ ਦਿਖਾਣ ਚੁੱਕਾ ਤਾਂ ਹੋ ਜਾ ਫੇਰ ਹੀ ਮੈਂ ਹੱਥ ਦੇਖੂਗਾ ਤੋ ਅਸੀਂ ਹਰ ਤਰ੍ਹਾਂ ਦਾ ਪੰਚ ਕਰ ਸਕਦੇ ਆ ਇਦਾਂ ਦੀ ਕੋਈ ਗੱਲ ਨਹੀਂ ਆਮਦ ਹੁੰਦੀ ਹੈ ਤੁਹਾਨੂੰ ਦੱਸੇ ਜਿੱਧਰ ਨੂੰ ਤੁਰ ਪਵੇ ਤੁਰ ਪੇ ਹਾਂ ਬਿਲਕੁਲ ਠੀਕ ਆ ਤੇ ਐਕਸਪੀਰੀਅੰਸ ਆ ਚਲੋ ਜੀ ਬਾਕੀ ਤੁਸੀਂ ਮਹਿਰ ਮਿੱਤਲ ਵੀ ਬਣਦੇ ਹੋ ਨੇ ਹਾਂ ਬਿਲਕੁਲ ਜੀ ਅ ਮਰਹੂਮ ਕਮੀਡੀਅਨ ਮਹਿਲ ਮਿੱਤਲ ਸਾਹਿਬ ਮੇਰੀ ਆਈਡਲ ਬਹੁਤ ਵੱਡਾ ਨਾ ਹੈ ਮੇਰੀ ਆਈਡਲ ਮੈਂ ਬਚਪਨ ਦੇ ਵਿੱਚ ਉਹਨਾਂ ਦੀਆਂ ਫਿਲਮਾਂ ਦੇਖਣ ਜਾਂਦਾ ਸੀ ਸਰਪੰਚ ਹੋ ਗਈ ਜੱਟੀ ਹੋ ਗਈ ਹਣਾ ਦੋ ਮਦਾਰੀ ਐਡਾਂ ਦੀਆਂ ਫਿਲਮਾਂ ਤੇ ਉਹਨਾਂ ਤੋਂ ਬਿਨਾ ਤਾਂ ਕੋਈ ਫਿਲਮ ਹੀ ਨਹੀਂ ਸੀ ਬਣਦੀ ਨਹੀਂ ਬਣਦੀ ਸੀ ਫੋਟੋ ਲਾਉਣੀ ਜ਼ਰੂਰੀ ਸੀ ਉਹਨਾਂ ਦੀ ਬਿਲਕੁਲ ਜੀ ਬਿਲਕੁਲ ਬਹੁਤ ਸੋਹਣੀਆਂ ਫਿਲਮਾਂ ਉਹਨਾਂ ਤੋਂ ਬਿਨਾ ਸ਼ੂਟ ਹੋ ਗਈਆਂ ਡਿਸਟ੍ਰੀਬਿਊਟਰ ਨੇ ਲੈਣ ਤੋਂ ਮਨਾਂ ਕਰਤਾ ਹਾਂ ਕਹਿੰਦੇ ਵਿੱਚ ਉਹਨਾਂ ਦਾ ਚੁਟਕਲਾ ਪਾਓ ਉਹਨਾਂ ਦੇ ਵਿੱਚ ਦਰਜ ਹੋਵੇ ਜੀ ਐਂਟਰੀ ਹੋਵੇ ਉਹਨਾਂ ਦੀ ਕਟਿੰਗ ਹੋ ਕੇ ਫਿਰ ਮਿੱਤਰ ਸਾਹਿਬ ਨੂੰ ਲਿਆ ਗਿਆ ਹਾਂ ਤੇ ਮੈਂ ਅਕਸਰ ਮੇਨ ਮਿੱਤਰ ਸਾਹਿਬ ਨੂੰ ਮੁਲਾਕਾਤ ਮੇਰੀ ਜਦੋਂ ਹੋਈ ਤੇ ਮੈਂ ਮੇਕਰੀ ਸਟੇਜ ਤੇ ਕਿੰਨੀ ਬੜੇ ਖੁਸ਼ ਹੋਇ ਮੈਨੂੰ 500 ਰੁਪਏ ਦੇ ਕੇ ਉਹ ਵਾ ਗਿਆ ਸਾਲਿਆ ਮੇਰੀਆਂ ਸੰਗਾ ਬੜੀਆਂ ਲਾਉਦੇ ਐ ਪਰ ਜਿਵੇਂ ਤੋ ਲਾਉਣਾ ਐ ਸਾਡਾ ਕੋਈ ਨਹੀਂ ਲਾਉਦਾ ਆ ਲੈ 500 ਰੁਪਏ ਦੁੱਧ ਪੀ ਲੈ ਗੱਲ ਨਹੀਂ ਬਾਦ ਨਹੀਂ ਮੈਂ ਕਿਹਾ ਮਿੱਤਰ ਸਾਹਿਬ ਕੋਈ ਨਾ ਕੋਈ ਸ਼ੇਅਰ ਮੈਨੂੰ ਜਰੂਰ ਸੁਣਾ ਕੇ ਜਾਓ ਮੈਂ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਤੁਹਾਨੂੰ ਉਸਤਾਦ ਵੀ ਮੰਨਦਾ ਤੋ ਮਿੱਤਰ ਸਾਹਿਬ ਓਏ ਹੋਏ ਵੀ ਗੱਲ ਆ ਮੈਂ ਦਰਦਾ ਕੱਚੇ ਕੋਠਣ ਜੀ ਕਰ ਲਿਪੀ ਐ ਨਾ ਉਹ ਟੈਂਦਾ ਟੈਂਦਾ ਟੈਂ ਜਾਂਦਾ ਚੁਗਲ ਖੋਨੋ ਜਿੰਨਾ ਮਰਜੀ ਰੋਕੋ ਪਰ ਉਹ ਗੱਲ ਕਹਿੰਦਾ ਕਹਿੰਦਾ ਕਿ ਆ ਜਾਂਦਾ ਉਹ ਭਾਈ ਜਿਹੜਾ ਬੰਦਾ ਆਪਣੇ ਗਲੇ ਦਾ ਧਿਆਨ ਨਹੀਂ ਰੱਖਦਾ ਤੇ ਉਹਦਾ ਸੰਗਾ ਬੈਂਦਾ ਬੈਂਦਾ ਬੈ ਜਾਂਦਾ ਇਸ ਕਰਕੇ ਨਾ ਠਰ ਤੋਂ ਧਿਆਨ ਰੱਖਿਆ ਕਰੋ ਹਾਂ ਹੁਣ ਠੰਡ ਆਈ ਐ ਤੇ ਗਲੇ ਦਾ ਧਿਆਨ ਰੱਖੋ ਗਾਲੇ ਬਾਦ ਨਹੀਂ ਤੰਬੂ ਨਹੀਂ ਕਨਾਦ ਨਹੀਂ ਆਟਾ ਨਹੀਂ ਬਰਾਦ ਨਹੀਂ ਮਾਰਿਆ ਕੁਕੜ ਦੇ ਪਾਤੇ ਮੋਛੇ ਹਾਇਕ ਨਾ ਬਹੁਤ ਹੋਰੇ ਮਿੱਤਰ ਸਾਹਿਬ ਦੀ ਇੱਕ ਖਾਸਤ ਹੁੰਦੀ ਸੀ ਵੀ ਦੂਸਰੇ ਕਰੈਕਟਰ ਨੂੰ ਡਾਇਲਗ ਨਹੀਂ ਬੋਲਣਦੇ ਨੇ ਆਪ ਹੀ ਬੋਲ ਜਾਂਦੇ ਸੀ ਇੱਕ ਫਿਲਮ ਤੇ ਇੱਕ ਫਿਲਮ ਦਾ ਸ਼ੂਟ ਚੱਲ ਰਿਹਾ ਸੀ ਤੇ ਕਹਿੰਦੇ ਮਿੱਤਰ ਸਾਹਿਬ ਇਹ ਜਿਹੜਾ ਹੈਗੇ ਕਰੈਕਟਰ ਹੈ ਇਹ ਤੁਹਾਡਾ ਨੌਕਰ ਔਰ ਇਹਦੀ ਮਾਂ ਵੀ ਮਾਰ ਹੂੰ ਔਰ ਇਹਨੇ ਤੁਹਾਡੇ ਕੋ ਪੈਸੇ ਮੰਗਣੇ ਆ ਕਿ ਤੇ ਤੁਸੀਂ ਇਹਨੂੰ ਛੁੱਟੀ ਵੀ ਦੇਣੀ ਹੈ ਤੇ ਐ ਇਹ ਉਹਦੇ ਡਾਇਲਗ ਹੈ ਤੁਹਾਡੇ ਕੈਮਰਾ ਔਨ ਹੈ ਮਿੱਤਰ ਸਾਹਿਬ ਸ਼ੁਰੂ ਹੋਗੇ ਹਾਂ ਬਈ ਮੈਨੂੰ ਬਣਾ ਲੈ ਕੇ ਤੇਰੀ ਇਹਦੀ ਮਾਂ ਵੀ ਮਾਰ ਤੇ ਤੂੰ ਜਾਣਾ ਪਿੰਡ ਨਾਲ ਤੈਨੂੰ ਚਾਹੀਦੇ ਪੈਸੇ ਹਰ ਫੜੇ ਪੈਸੇ ਤਾਂ ਤੂੰ ਚੱਲ ਕਰਨੀ ਬਾਤ ਨਹੀਂ ਸ਼ੌਟਕ ਤੇ ਉਹ ਚਾਰਾ ਵੇਖਦਾ ਹੀ ਰਹੇਗਾ ਬਿਲਕੁਲ ਜਿਸ ਤਰ੍ਹਾਂ ਹੋ ਰਹੇ ਉਹ ਕਾਮੇਡੀ ਜਿਹੜੀ ਹੈ ਇਹ ਬੇਸਿਕਲੀ ਪੰਡਾਂ ਤੋਂ ਸਟਾਰਟ ਹੋਈ ਹੈ ਜੀ ਪੰਡਾਂ ਤੋਂ ਕਾਮੇਡੀ ਜਿਹੜੀ ਹੈ ਸਟਾਰਟ ਹੋਈ ਪੰਜਾਬ ਦੀ ਕਾਮੇਡੀ ਜਿਵੇਂ ਕਿ ਨਕਲਾ ਹੁੰਦੀਆਂ ਸੀ ਪਹਿਲਾਂ ਮੇਲਿਆਂ ਤੇ ਤੁਸੀਂ ਦੇਖਿਆ ਫਿਰ ਉਸੇ ਕਾਮੇਡੀ ਨੇ ਜਿਹੜਾ ਰੂਪ ਹੈ ਇਹ ਧਾਰਿਆ ਚੇਂਜ ਹੁੰਦਾ ਗਿਆ ਟੈਕਨੀਕਲ ਚੈਨਲ ਆਗੇ ਹੋਰ ਕੁਝ ਬਹੁਤ ਸਾਰਾ ਇਹਦਾ ਰੂਪ ਚੇਂਜ ਹੁੰਦਾ ਗਿਆ ਜਿਵੇਂ ਤੁਸੀਂ ਦੱਸ ਕੇ ਹਟੇ ਉਰੀ ਕਿਸੇ ਨੂੰ ਭੰਡਨੇ ਕਿਹਾ ਵੀ ਤੂੰ ਯਾਰ ਉਹ ਫਲਾਣੀ ਧਾਰਮੁਖ ਜਾ ਕੇ ਬੰਬ ਰੱਖ ਕੇ ਆਉਣਾ ਤੈਨੂੰ ਪੈਸੇ ਦੇਵਾਂਗੇ ਐ ਲੈ ਮੈਂ ਨਾ ਜ ਰੱਖ ਕੇ ਆਵਾਂਗੇ ਗੱਲ ਇਹ ਕੋਈ ਨਹੀਂ ਸਾਨੂੰ ਦੱਸ ਰੱਖਣਾ ਕਿੱਥੇ ਉਹ ਜਦ ਬੰਬ ਰੱਖ ਕੇ ਆ ਤੇ ਮਗਰੇ ਘਰੇ ਪੁਲਿਸ ਆ ਗਈ ਕਦੋਂ ਭੰਡਾ ਉਦੋਂ ਉਥੇ ਬਾਬਰ ਬੰਬ ਰੱਖਿਆ ਉਹ ਪੰਡਾ ਤੋਂ ਉਥੇ ਬੰਬ ਰੱਖਿਆ ਬਾਬੇ ਦੀ ਜਗ੍ਹਾ ਤੇ ਹੈ ਜੀ ਮੈਂ ਕਿੱਥੇ ਥਣ ਦਰਸਾ ਬੰਬ ਰੱਖਿਆ ਕਹਿੰਦੇ ਆਵਾ ਇੱਕ ਸੀਸੀਟੀਵੀ ਚ ਫੋਟੋ ਹੁੰਦੀ ਤੇਰੀ ਆਦ ਬੰਬ ਰੱਖਿਆ ਹੈ ਮਹਾਰਾ ਜੀ ਮੈਂ ਬੰਬ ਰੱਖਿਆ ਥੋੜਾ ਇਹ ਜੇ ਮੈਂ ਸੁਖਣਾ ਸੁ ਕਿਸੇ ਬਾਬਾ ਮੇਰੇ ਮੁੰਡਾ ਜਮੂ ਤੇ ਬੰਬ ਚੜਾਉਂਗਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਆਮਦਾ ਇਹਨਾਂ ਨੂੰ ਹੁੰਦੀਆਂ ਰਹੀਆਂ ਆਰੇ ਸਾਡੇ ਘਰੇ ਇੱਕ ਵਾਰੀ ਆ ਗਏ ਤੇ ਮੈਂ ਚਲੋ ਆਲੂ ਮਟਰਾਂ ਦੀ ਸਬਜ਼ੀ ਬਣੀ ਸੀ ਮਾਤਾ ਸਾਡੀ ਕਹਿੰਦੀ ਪੁੱਤ ਰੋਟੀ ਖਵਾ ਦੇ ਚਲੇ ਹਾਂ ਇਹ ਵੀ ਵਿਚਾਰੇ ਵਧੀਆ ਕਮੇਡੀਅਨ ਨੇ ਇਹਨਾਂ ਤੋਂ ਬੜਾ ਸਿੱਖਣ ਨੂੰ ਮਿਲਦਾ ਤੇ ਮੈਂ ਆਲੂ ਮਟਰਾਂ ਦੀ ਸਬਜ਼ੀ ਬਣਾ ਕੇ ਰੱਖੀ ਤੇ ਮੈਨੂੰ ਕਹੀ ਜਾਵੇ ਐ ਪਟੂ ਗੱਲ ਸੁਣੋ ਇੱਥੇ ਤੁਹਾਡੇ ਕੋ ਕੱਪੜੇ ਟੰਗਣ ਵਾਲੀ ਕਿਲੀ ਹੈਗੀ ਹੂੰ ਮੇਰੀ ਸਮਝ ਨਾ ਹੋਵੇ ਕਹਿਣਾ ਕੀ ਚਾਹੁੰਦਾ ਭਾਂਡੇ ਮੈਂ ਕਿਹਾ ਹਾਂ ਹੈਗੀ ਕੀ ਗੱਲ ਹੋਈ ਐ ਮਰਾਈ ਗਾਲੇ ਤੇ ਮੈਂ ਕਪੜੇ ਟੰਗੇ ਲਾ ਕੇ ਨਾ ਮੈਂ ਟੰਗਣੇ ਆ ਤੇ ਮੈਂ ਚੁੱਬੀ ਮਾਰ ਕੇ ਵਿੱਚ ਮਟਰ ਕੱਢ ਕੇ ਲੈਣੇ ਮਟਰਿਆ ਨਹੀਂ ਆਲੂ ਦੇ ਹੀ ਜਾਂਦੇ ਤੇ ਮੈਂ ਜਾਣਾ ਸੀਗਾ ਕੈਨੇਡਾ ਟੂਰ ਲੈ ਕੇ ਤੇ ਇਹਨਾਂ ਨੂੰ ਪਤਾ ਮੈਂ ਜਿੱਥੇ ਰਹਿਣਾ ਮੈਂ ਗੱਡੀ ਗੁੱਡੀ ਧੋ ਰਿਆ ਤੇ ਆ ਗਏ ਐ ਮਰਾਈ ਭਾਗ ਲੱਗੇ ਰਹਿਣਾ ਬਾਜੇ ਨੂੰ ਰਾਗ ਲੱਗੇ ਰਹਿਣਾ ਸਰਕਾਰ ਪਟੂਸ਼ ਆ ਬਸ ਸਾਨੂੰ ਬਦਲ ਗਿਆ ਕੈਨੇਡਾ ਚਲਿਆ ਮੈਂ ਕਿਹਾ ਹਾਂ ਚਲਿਆ ਤੇ ਬਤਾ ਇਹ ਦੇਖ ਕੇ ਜਾ ਸਾਨੂੰ ਮੈਂ ਕੱਲ 500 ਰੁਪਈਆ ਐ ਕਰੋ ਮੈਨੂੰ ਬੋਹੇ ਮੀਆਂ ਦਾ ਰੈਪ ਸੁਣਾ ਦੇ ਆ ਗੱਲ ਸੁਣ ਲੈ ਸਾਡੀ ਹਾਂ ਰੈਪ ਰੈਪ ਸੁਣਾ ਦਨੇ ਔਖੇ ਸੋਖੇ ਤੈਨੂੰ ਪਰ ਉਹ ਜਿਹੜਾ ਬੋਹੇ ਮੀਆਂ ਜਲੇਬੀਆਂ ਆਂ ਕੱਢਦਾ ਉਹ ਨਹੀਂ ਸੱਤੋ ਕੱਢ ਹੋਣਿਆ ਰੈਪ ਤੈਨੂੰ ਸੁਣਾ ਦਨੇ ਸੋ ਕਮੇਡੀ ਜਿਹੜੀ ਆ ਬੇਸਿਕਲੀ ਇਹਨਾਂ ਤੋਂ ਵੀ ਸਟਾਰਟ ਹੋਈ ਔਰ ਮੈਂ ਜਦੋਂ ਸ਼ੁਰੂਆਤ ਕੀਤੀ ਉਹ ਤਾਂ ਮੈਂ ਫਰੋਜ਼ ਖਾਨ ਦੇ ਨਾਲ ਵੀ ਮੈਂ ਐਂਕਰ ਰਹੇ ਹਾਂ ਅੱਛਾ ਤੂੰ ਇੱਕ ਵਾਰੀ ਅਸੀਂ ਮੀਰ ਆਲਮਾ ਦੇ ਪ੍ਰੋਗਰਾਮ ਤੇ ਚਲੇ ਗਏ ਤੇ ਬਾ ਉਹਦੋਂ ਕਿਹੜਾ ਬੌਂਸਰ ਵਗੈਰਾ ਹੁੰਦੇ ਸੀ ਸਟੇਜ ਸੈਕਟਰੀ ਪੇਮੈਂਟ ਲੈਂਦਾ ਹੁੰਦਾ ਸੀ ਸਟੇਜ ਸੈਕਟਰੀ ਮੈਨੇਜ ਕਰਦਾ ਹੁੰਦਾ ਸੀ ਤੇ ਉਹ ਬਾਰਜੀਆਂ ਭੰਡਾ ਦਾ ਪੂਰੇ ਮੀਰ ਆਲਮ ਖੜੇ ਐ ਸਰਕਾਰ ਪਟੂਸ਼ਾ ਮੜਾ ਜੇ ਫਿਰੋਜ਼ ਖਾਨ ਦੇਖਣਾ ਇੰਨਾ ਕੇ ਦਿਖਾ ਦੇ ਮੈਂ ਕਿਹਾ ਇੰਨਾ ਕੇ ਤੁਸੀਂ ਅੱਖ ਦੇਖਣੀ ਆ ਉਦੀ ਕੱਲੀ ਇੰਨਾ ਕੇ ਦਿਖਾ ਦੇ ਤੂੰ ਜਦੋਂ ਮੈਂ ਬੂਹਾ ਖੋਲਿਆ ਦਰਵਾਜ਼ਾ ਮੈਂ ਕਿਹਾ ਆ ਦੇਖ ਲੋ ਐ ਫਿਰੋਜ਼ ਖਾਨ ਇਹ ਤੇ ਬਾਬਾ ਇਹ ਵੱਡਾ ਮੈਂ ਕਿਹਾ ਛੋਟਾ ਜਿਹਾ ਲੱਗਦਾ ਫੋਟੋ ਚ ਇਹ ਤੇ ਵੱਡਾ ਹੀ ਵੱਡਾ ਤੇ ਜਦੋਂ ਉਹ ਕਿਤੇ ਫਿਰੋਜ਼ ਨੇ ਫਰੋਜ਼ ਬਾਈ ਨੇ ਸ਼ੁਰੂ ਕੀਤਾ ਗਾਣਾ ਜੀ ਤੇ ਉਹਨੇ ਭੁੱਲ ਜਾਈ ਮੇਰਾ ਪਿਆਰ ਤੇਰੀ ਮੈਂ ਹੁਣ ਹੈ ਬਸ ਇੱਥੇ ਬੰਦ ਕਰ ਦੇ ਕਿਉਂ ਕਹਿੰਦੇ ਬੰਦ ਕਿਉਂ ਕਰ ਹੈ ਤੈਨੂੰ ਤਾਂ ਅਸੀਂ ਦੇਖਣ ਲਈ ਸੱਦਾ ਬੱਚੇ ਤੇ ਸਾਡਾ ਬੜ ਵਧੀਆ ਗਾਉਂਦੇ ਕਨੇ ਤੈਨੂੰ ਤਾਂ ਦੇਖਣ ਲਈ ਫਿਰ ਦੋਂ-ਦੋਂ ਦੇ ਨੋਟਸ ਟੀ ਜਾਂਦੇ ਮੈਂ ਤਾਂ ਦੇਖਣ ਲਈ ਸੱਦਾ ਤਾਂ ਖੜਾ ਰਾਇ ਇਨਾ ਸੋਹਣਾ ਲੱਗਦਾ ਤੇ ਕਿ ਮੈਂ ਮੈਨੂੰ ਥੋੜਾ ਜਿਹਾ ਲੱਗਾ ਮੈਂ ਫਿਰ ਮਾਈਕ ਫੜਿਆ ਮੈਂ ਕਿਹਾ ਜੀ ਬੱਚੇ ਹੈ ਸਟੇ ਸੈਕਟਰੀ ਦੁਆ ਬੱਚੇ ਮੈਂ ਕਹਾ ਤੁਹਾਡੇ ਵਧੀਆ ਆ ਵਧੀਆ ਗਾਉਂਦੇ ਤੇ ਮੈਂ ਕਹਾ ਮਾਰਕੀਟ ਚ ਕਟੋ ਨਹੀਂ ਮਾਰਕੀਟ ਚ ਨਹੀਂ ਹੋਣੇ ਕਰੋ ਹੀ ਕੱਢਦੇ ਨੇ ਇਹ ਕਰੋ ਹੀ ਕੱਢਦੇ ਨੇ ਮਾਰਕੀਟ ਚ ਨਹੀਂ ਕੱਢਨੇ ਸੋ ਇਦਾਂ ਨਹੀਂ ਗੱਲਾਂ ਫੋਟੋ ਬਾਈ ਆਖਰੀ ਸਵਾਲ ਇਹ ਆ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਕੈਸਟਾਂ ਕੱਢਦੇ ਰਹੇ ਆ ਜੀ ਭਗਵੰਤ ਮਾਨ ਸਾਹਿਬ ਜੀ ਕਮੇਡੀ ਦੇ ਖੇਤਰ ਦੇ ਵਿੱਚ ਜੀ ਬਹੁਤ ਵੱਡਾ ਨਾਂ ਰੱਖਦੇ ਰਹੇ ਆ ਬਹੁਤ ਵੱਡਾ ਨਾਂ ਰਿਹਾ ਤੇ ਤੁਹਾਡੇ ਵੀ ਬਰਾਬਰ ਬਹੁਤ ਸਾਰੀਆਂ ਕੈਸਟਾਂ ਆਈਆਂ ਹੋਣੀਆਂ ਜੀ ਜਾਂ ਆਈਆਂ ਜੀ ਅਚਾਨਕ ਪਰ ਤੁਸੀਂ ਕਦੇ ਸਟੇਜ ਤੇ ਵੀ ਇਕੱਠੇ ਹੋਏ ਹੋ ਜਾਂ ਕਿਸੇ ਵਿਦੇਸ਼ਾਂ ਦੇ ਵਿੱਚ ਸ਼ੋਅਾਂ ਦੇ ਉੱਤੇ ਬਿਲਕੁਲ ਜੀ ਅਸੀਂ ਜਦੋਂ ਕਿ ਮੇਰੀ ਐਂਟਰੀ ਹੋਈ ਸਾਈਕਲ ਮਿੱਤਰਾਂ ਦੇ ਨਾਲ ਭਗਵੰਤ ਮਾਨ ਸਾਹਿਬ ਦੇ ਨਾਲ ਉਦੋਂ ਅਸੀਂ ਪੰਜ ਸ਼ੋਅ ਰੈੱਡ ਕਰਾਸ ਦੀ ਕੀਤੇ ਇਧਰ ਜਲਾਲਾਬਾਦ ਫਾਜ਼ਲਕਾ ਏਰੀਆ ਸਿਕਾ ਬੜਾ ਅੱਛਾ ਸਮਾਂ ਗੁਜ਼ਰਿਆ ਪਹਿਲਾਂ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਜਿਵੇਂ ਅਸੀਂ ਜਿੱਥੇ ਬੈਠੇ ਸੀ ਸਾਨੂੰ ਕਰੇਜ ਬੜਾ ਸੀ ਕਿਉਂਕਿ ਮੈਂ ਆਪਣੇ ਹਰ ਸੀਨੀਅਰ ਦੀ ਰਿਸਪੈਕਟ ਕਰਦਾ ਭਾਵੇਂ ਗੁਰਪ੍ਰੀਤ ਖੋਗੀ ਜੀ ਨੇ ਜਾਹੋ ਭਜ ਨਾਮ ਲਈ ਨੇ ਜਾਂ ਜਗ ਜਸਵਿੰਦਰ ਭੱਲਾ ਜੀ ਨੇ ਹਨਾ ਜੇ ਨਵੀਂ ਕਮੇਡੀਅਨ ਮੇਰੇ ਤੋਂ ਸੀਨੀਅਰ ਭਗਵਾਨ ਤਮਨਜੀ ਨੇ ਮੈਂ ਰਿਸਪੈਕਟ ਕਰਕੇ ਅੱਜ ਵੀ ਉਹਨਾਂ ਦੇ ਪੈਰੀ ਹੱਥ ਲਾਉਣਾ ਕਿਉਂਕਿ ਜਿਹੜੇ ਸੀਨੀਅਰ ਹੁੰਦੇ ਉਹਨਾਂ ਦਾ ਇੱਕ ਔਦਾ ਹੁੰਦਾ ਸਹੀ ਉਹਨਾਂ ਦਾ ਇੱਕ ਨਾ ਤਾਂ ਆਪਣੀ ਈਗੋ 'ਚ ਨਹੀਂ ਤੁਰੇ ਫਿਰਨਾ ਰਹਿਣਾ ਚਾਹੀਦਾ ਕਿ ਮੈਂ ਬਹੁਤ ਕੁਝ ਮੈਨੂੰ ਆਉਂਦਾ ਜਾਂ ਮੈਨੂੰ ਇਹ ਹੈ ਜਿਹੜਾ ਨੀਮਾ ਪਾਣਿਆ ਨਾ ਉਸਤਾਦਾਂ ਕੋਲ ਜਿਹੜਾ ਸਿੱਖਣਾ ਉਸਤਾਦ ਤੇ ਸ਼ਾਗਿਰਦ ਦਾ ਕਿਸ ਨੂੰ ਮਤਲਬ ਥੋੜਾ ਪਤਾ ਕਹੀ ਜਾਂਦੇ ਮੈਂ ਉਸਤਾਦ ਮੈਂ ਉਹਦਾ ਸ਼ਾਗਿਰਦ ਨਾ ਉਸਤਾਦ ਦਾ ਮਤਲਬ ਉਸਤਾਦ ਉਹ ਜਿਹੜਾ ਤਾਜ ਹੈ ਨਾ ਸ਼ਾਜਾ ਇਰਦ-ਗਿਰਦ ਉਹ ਸ਼ਿਗਿਰਦ ਹੁੰਦਾ ਜਿਹੜਾ ਉਹ ਤਾਜ਼ ਦੇ ਉਸਤਾਦ ਦੇ ਇਨਤਗਿਰਦ ਸ਼ਾ ਜਾਵੇ ਉਹਨੂੰ ਕਹਿੰਦੇ ਸ਼ਾਗਿਰਦ ਉਸਤਾਦ ਸ਼ਾਗਿਰਦ ਤੇ ਗੁਰੂ ਦਾ ਜਿਹੜਾ ਗੁਰੂ ਕਦੇ ਨਹੀਂ ਬਣ ਹੁੰਦਾ ਇੱਕ ਗੁਰੂ ਚਾਵੇ ਤਾਂ ਮੇਰੇ ਖਿਆਲ 100 ਚੇਲਾ ਪੈਦਾ ਕਰ ਸਕਦਾ ਉਹ ਚਿਹੇ ਪਾਵਰ ਹੁੰਦੀ ਹੈ ਤੇ 150 ਚੇਲਾ ਰਲ ਜਾਵੇ ਇੱਕ ਗੁਰੂ ਨਹੀਂ ਪੈਦਾ ਕਰ ਸਕਦਾ ਜਿਹੜੇ ਰੈਡ ਕਰਾਸ ਦੇ ਸ਼ੋ ਸੀ ਉਦੋਂ ਫਿਰ ਭਗਵੰਤ ਮਾਨ ਉਹਨਾਂ ਦੇ ਨਾਲ ਕਿਹੋ ਜੀਆਂ ਗੱਲਾਂ ਹੋਈਆਂ ਲੱਗਦਾ ਸੀ ਵੀ ਭਾਈ ਉਹ ਇਸ ਮੁਕਾਮ ਤੇ ਹੋਣਗੇ ਤੇ ਜਦੋਂ ਉਹ ਇਸ ਮੁਕਾਮ ਤੇ ਪਹੁੰਚ ਗਏ ਤੇ ਫਿਰ ਤੁਸੀਂ ਕਹਿੰਦੇ ਮਿਲਣ ਦੀ ਕੋਸ਼ਿਸ਼ ਕੀਤੀ ਵੀ ਭਾਈ ਆਪਾਂ ਆੜੀਆਂ ਪੁਰਾਣੇ ਆ ਦੇਖੋ ਜੀ ਦਿਲ ਕਰਦਾ ਪਰ ਜਰੂਰ ਜਾ ਕੇ ਮਿਲੂਗਾ ਲੇਕਿਨ ਉਸ ਵਕਤ ਜਿਹੜਾ ਪਹਿਲਾਂ ਤਾਂ ਉਹਨਾਂ ਨੂੰ ਲੱਗਾ ਵੀ ਸ਼ਾਇਦ ਉਦਾਂ ਹੀ ਕੋਈ ਅੰਦਰ ਆ ਗਿਆ ਜਿੱਥੇ ਬੈਠੇ ਸੀਗੇ ਤੇ ਨਾਲ ਮੇਰੇ ਖਾ ਰਾਣਾ ਰਣਵੀਰ ਜੀ ਸੀਗੇ ਭਗਵੰਤ ਮਾਨ ਜੀ ਬੈਠੇ ਤੇ ਮੈਂ ਤੇ ਕਾਕੇਸ਼ਾ ਗਏ ਤੇ ਉਹ ਕਹਿੰਦੇ ਯਾਰ ਆਹ ਬਾਹਰ ਕੱਢੋ ਬਾਹਰ ਕੱਢੋ ਇਹ ਕੋਣ ਆ ਗਿਆ ਉਹਨਾਂ ਨੇ ਕਿਹਾ ਪੀੜੀ ਐ ਖਰੇ ਤੇ ਫਿਰ ਬਾਅਦ ਚੋ ਜਦੋਂ ਪਤਾ ਲੱਗਾ ਭਾਜੀ ਆਹ ਮੁੰਡਿਆਂ ਦੀ ਕੈਸਟ ਆਈ ਸਾਈਕਲ ਮਿੱਤਰਾਂ ਦੀ ਉਹ ਤੇ ਬਾਅਦ ਚੋ ਫਿਰ ਬੜਾ ਸਤਿਕਾਰ ਨਾਲ ਬਿਠਾਇਆ ਕੀਤਾ ਔਰ ਚਾਰ ਪੰਜ ਦਿਨ ਫਿਰ ਇਕੱਠੇ ਰੋਟੀ ਪਾਣੀ ਖਾਂਦੇ ਰਹੇ ਮਜਾਕ ਚੱਲਦਾ ਰਿਹਾ ਹਾਸਾ ਚੱਲਦਾ ਰਿਹਾ ਉਹ ਯਾਦਾਂ ਅੱਜ ਵੀ ਸਾਡੇ ਨਾਲ ਬਿਲਕੁਲ ਨਹੀਂ ਔਰ ਮੈਂ ਮੈਨੂੰ ਇਸ ਗੱਲ ਦਾ ਪਤਾ ਜਿਵੇਂ ਅੱਜ ਵੀ ਮਿਲਣ ਜਾਵਾਂ ਤੇ ਉਹੀ ਸਤਕਾਰ ਹ ਹ ਬਹੁਤ ਖੂਬ ਬਿਲਕੁਲ ਉਹ ਬਹੁਤ ਵੱਡੀ ਕੁਰਸੀ ਆ ਮੁੱਖ ਮੰਤਰੀ ਦੀ ਉਹਨਾਂ ਦੀ ਜ਼ਿੰਮੇਵਾਰੀ ਵੱਡੀ ਹੈ ਔਰ ਆਪਣੇ ਤਰੀਕੇ ਦੇ ਨਾਲ ਨਿਭਾ ਰਹੇ ਨੇ ਉਹ ਬਹੁਤ ਖੂਬ ਬਹੁਤ ਵਧੀਆ ਤੇ ਫਿਰ ਕਮੇਡੀ ਕਲਾਕਾਰ ਕਿਥੋਂ ਕਿਤੇ ਵੀ ਪਹੁੰਚ ਜਾਂਦੇ ਆ ਦੇਖੋ ਬਿਲਕੁਲ ਬਿਲਕੁਲ ਜੀ ਕਮੇਡੀ ਦੇਖੋ ਕਮੇਡੀ ਜਿਹੜੀ ਹੈ ਇਹ ਆਪਣੇ ਵੱਲ ਨੂੰ ਖਿੱਚਦੀ ਆ ਹਮ ਕਿਉਂਕਿ ਹਰ ਬੰਦਾ ਹੱਸਣਾ ਚਾਹੁੰਦਾ ਸਹੀ ਗਜ਼ਲਾਂ ਦੇ ਸਰੋਤੇ ਅਲੱਗ ਨੇ ਕਵਾਲੀਆਂ ਦੇ ਅਲੱਗ ਨੇ ਹਾਂਜੀ ਦੁਕਾਨਿਆਂ ਦੇ ਅਲੱਗ ਨੇ ਸੋਲੋ ਗਾਇਕੀ ਦੇ ਅਲੱਗ ਨੇ ਚੱਕਲੋ ਰਖਲੋ ਵਾਲੇ ਅਲੱਗ ਨੇ ਲੇਕਿਨ ਕਾਮੇਡੀ ਜਿਹੜੀ ਐਵਰਗ੍ਰੀਨ ਇੱਕ ਛੋਟਾ ਬੱਚਾ ਵੀ ਹੱਸਣਾ ਚਾਹੁੰਦਾ ਹਮ ਬਜ਼ੁਰਗ ਵੀ ਹੱਸਣਾ ਚਾਹੁੰਦੇ ਆ ਲੇਡੀਜ਼ ਵੀ ਹੱਸਣਾ ਚਾਹੁੰਦੀਆਂ ਤੇ ਕਾਮੇਡੀ ਨੂੰ ਇਸ ਕਰਕੇ ਸਾਰੇ ਜਾਣੇ ਮਲਟੀ ਆਡੀਅנס ਜਿਹੜੀ ਪਿਆਰ ਕਰਦੀ ਆ ਵੀ ਸਾਰੇ ਜਾਣੇ ਜਿਹੜੇ ਹੱਸਣਾ ਚਾਹੁੰਦੇ ਆ ਉਹ ਕਵਾਲੀਆਂ ਦੀ ਗੱਲ ਤੇ ਆ ਸੀ ਵੀ ਇੱਕ ਬਜ਼ੁਰਗ ਬਾਬਾ ਜੀ ਸੀਗੇ ਸਾਡੇ ਅਸੀਂ ਉਹਨਾਂ ਨੂੰ ਕਹੇ ਬਾਬਾ ਜੀ ਆਓ ਤੁਹਾਨੂੰ ਕਵਾਲੀਆਂ ਦਿਖਾ ਲ ਕੇ ਲਿਆ ਲੰਡਨ ਦੇ ਵਿੱਚ ਬਹਿਮਲੀ ਹਾਲ ਸ਼ੋਅ ਸੀ ਕਾਕਾ ਗੱਲ ਐਂਦਾ ਮੈਂ ਕਦੇ ਪੁੱਤ ਕਵਾਲੀਆਂ ਦੇ ਮੈਨੂੰ ਸਮਝ ਨਹੀਂ ਹੈਗੇ ਮੈਂ ਨਾ ਕਦੇ ਦੇਖੀਆਂ ਬਾਪੂ ਜੀ ਆਓ ਤੁਸੀਂ ਬਹੁਤ ਹੀ ਵਧੀਆ ਹੁੰਦੀਆਂ ਕਵਾਲੀਆਂ ਉਹ ਅਸੀਂ ਦਿਖਾ ਲ ਕੇ ਲਿਆਏ ਤੇ ਬਾਹਰ ਮੈਂ ਕਿਹਾ ਬਾਪੂ ਜੀ ਕਿਵੇਂ ਲੱਗੀਆਂ ਕਵਾਲੀਆਂ ਕਾਕਾ ਲੱਗੀਆਂ ਤਾਂ ਚੰਗੀਆਂ ਇੱਕ ਗੱਲ ਬਹੁਤ ਮਾੜੀ ਲੱਗੀ ਬਾਪੂ ਜੀ ਉਹ ਕਿਹੜੀ ਉਹ ਜਿਹੜਾ ਬਚਾਲੇ ਨਹੀਂ ਬੰਦਾ ਬੈਠਾ ਜੇਗਾ ਕੋਈ ਤਾਂ ਕੋ ਗੱਲ ਕਹਿਣੀ ਚਾਹੁੰਦਾ ਸੀ ਨਾਲ ਦੇ ਬੰਦਿਆਂ ਨੇ ਕਹਿਣੀ ਨਹੀਂ ਦਿੱਤੀ ਬਾਪੂ ਨੂੰ ਪਤਾ ਨਹੀਂ ਵੀ ਕੁਆਲੀ ਇਸ ਤਰੀਕੇ ਹਜੇ ਉਹ ਗੱਲ ਮੂੰਹ ਚੋਂ ਕੱਢ ਜਾਈ ਸੀ ਮਗਰੀ ਅੱਖ ਚੜਾਉਂਦੇ ਪਿਓ ਵਾਲੀ ਆਪਣੀ ਗੱਲ ਵੀ ਉਹ ਨਹੀਂ ਤਾਂ ਸੁਣ ਲਓ ਪਹਿਲਾਂ ਸੋ ਇਸ ਕਰਕੇ ਜਿਹੜੇ ਸਰੋਤੇ ਦਾ ਹਰ ਚੀਜ਼ ਦੇ ਆਪਣੇ ਆਪਣੇ ਸਰੋਤੇ ਜੀ ਬਿਲਕੁਲ ਬਹੁਤ ਚੰਗਾ ਲੱਗਾ ਭਾਈ ਜੀ ਥੈਂਕ ਯੂ ਜੀ ਦੋਵੇਂ ਕਿਸ਼ਤਾਂ ਦੇ ਵਿੱਚ ਬਹੁਤ ਸੋਹਣਾ ਲੱਗਾ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਲਾਓ ਥੈਂਕ ਯੂ ਜੀ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਪ੍ਰਾਈਮ ਏਸ਼ੀਆ ਟੀਵੀ ਦਾ ਔਰ ਤੁਹਾਡਾ ਪ੍ਰੋਗਰਾਮ ਚੱਜਦਾ ਵਿਚਾਰ ਔਰ ਇਧਰ ਹਰਮਨ ਥਿੰਦ ਜੀ ਔਰ ਸੌਰਨ ਸਿੰਘ ਟੈਣਾ ਜੀ ਬਹੁਤ ਤੁਹਾਡਾ ਸ਼ੁਕਰਗੁਜ਼ਾਰ ਆ ਕਿ ਮੇਰੀ ਮੇਰੀਆਂ ਗੱਲਾਂ ਤੁਸੀਂ ਪੰਜਾਬੀ عوام ਤੱਕ ਪਹੁੰਚਾਈਆਂ। ਕਿ ਤਰ੍ਹਾਂ ਲੱਗ ਜਾਂਦਾ ਸਮਾਂ ਚਾਜ ਦਾ ਵਿਚਾਰ ਦੇਖਣ ਦਾ? ਬਿਲਕੁਲ ਸਮਾਂ ਕੀ ਜੀ ਸਮਾਂ ਹੀ ਉਧਰ ਲੱਗਾ ਰਹਿੰਦਾ ਦੇਖੀਦਾ। ਤੁਹਾਡੇ ਸਾਰੇ ਐਪੀਸੋਡ ਦੇਖਦੇ ਹਾਂ ਜੀ। ਬਹੁਤ ਮਿਹਰਬਾਨੀ। ਬਹੁਤ-ਬਹੁਤ ਸ਼ੁਕਰੀਆ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਹੁਣ ਜਿਹੜਾ ਨਵਾਂ ਸਫ਼ਰ ਸ਼ੁਰੂ ਕੀਤਾ ਹੈ ਇਹ ਬਹੁਤ ਵਧੀਆ ਹੋਵੇ। ਬਹੁਤ-ਬਹੁਤ ਸ਼ੁਕਰੀਆ। ਬਰੀ ਕੋਸ਼ਿਸ਼ ਜੀ। ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ ਦੁਬਾਰਾ ਜਦੋਂ ਮੌਕਾ ਮਿਲਿਆ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਫਿਲਹਾਲ ਪ੍ਰੋਗਰਾਮ ਨੇ ਇੱਥੇ ਹੀ ਸਮੇਟਦੇ ਹਾਂ ਜੀ ਹੋ ਗਿਆ ਜਾਣ ਦਾ ਵੇਲਾ। ਆਪਣੀ ਪ੍ਰਤੀਕਿਰ ਬਾੜਾ ਆਪਣਾ ਤੁਹਾਡੇ ਲਈ ਤੁਹਾਡੀ ਹਾਜ਼ਰ ਹੈ ਚੰਚ ਦਾ ਵਿਚਾਰ